ਹਾਂ ਜੀ ਚਲੋ ਉਹਨਾਂ ਨਾਲ ਪਹਿਲਾਂ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਸਟ ਟੌਪਿਕ 'ਤੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜੋ ਕਿ ਸਾਰੀਆਂ ਸੰਗਤਾਂ ਥਾਂ ਬਥਾਂ ਮਨਾ ਰਹੀਆਂ ਹਨ ਸੋ ਇਹਨਾਂ ਕੋਲੋਂ ਅਸੀਂ ਜਾਣਕਾਰੀ ਹਾਸਿਲ ਕਰਾਂਗੇ ਕਿ ਜੋ ਇਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੀ ਇਸ ਦੀ ਜੋ ਸੰਪਾਦਨਾ ਸੀ ਇਹ 1 ਸਤੰਬਰ 1604 ਨੂੰ ਕੀਤੀ ਗਈ ਸੀ ਔਰ ਅੱਜ ਇਹ ਇੱਕ ਬਹੁਤ ਹੀ ਜ਼ਰੂਰੀ ਤੱਤ ਬਣ ਜਾਂਦਾ ਹੈ ਜਾਂ ਕਈ ਜਿਹੜੇ ਤਰਕ ਕਰਨ ਵਾਲੇ ਲੋਕ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਉਸ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲਾਂ ਯਾਨੀ ਮੇਰੇ ਕਹਿਣ ਤੋਂ ਮਤਲਬ ਕਿ 1604 ਤੋਂ ਪਹਿਲਾਂ ਵੀ ਜਿੱਦਾਂ ਬਹੁਤ ਹੀ ਵੇਦ ਵੀ ਸੀਗੇ ਪੁਰਾਣ ਵੀ ਸੀਗੇ ਅਤੇ ਸਿਮਰਤੀਆਂ ਸੀਗੀਆਂ ਅਤੇ ਬਹੁਤ ਬਹੁਤ ਧਾਰਮਿਕ ਗ੍ਰੰਥ ਪਹਿਲਾਂ ਵੀ ਸੀਗੇ ਅਤੇ ਇਹ ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਇਸ ਨੂੰ ਬਣਾਉਣ ਦੀ ਕੀ ਜ਼ਰੂਰਤ ਪੈ ਗਈ ਅਤੇ ਇਹ ਬਾਣੀ ਕਿੱਦਾਂ ਅਤੇ ਕਿੱਥੋਂ ਕਿੱਥੋਂ ਇਕੱਤਰ ਕੀਤੀ ਗਈ ਉਹਦੇ ਬਾਰੇ ਸੰਗਤਾਂ ਨਾਲ ਆਪਣੇ ਵਚਨ ਸਾਂਝੇ ਕਰੋ ਜੀ ਬੜਾ ਕੀਮਤੀ ਪ੍ਰਸ਼ਨ ਹੈ ਤੁਹਾਡਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਸੰਪਾਦਨਾ ਹੈ ਜੀ ਜਿਵੇਂ ਤੁਸੀਂ ਦੱਸਿਆ ਜੀ 1604 ਈਸਵੀ ਕੋਰਸਪੋਂਡੈਂਟ ਟੂ ਸੰਮਤ 1661 ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਸ਼ ਕਿਰਪਾ ਕੀਤੀ ਔਰ ਸਿੱਖ ਧਰਮ ਜੋ ਗੁਰਮਤ ਧਾਰਾ ਹੈ ਜੀ ਉਹਦੇ ਵਿੱਚ ਇੱਕ ਨਵੇਂ ਯੁੱਗ ਦਾ ਆਗਾਜ਼ ਹੋਇਆ ਜਾਂਦਾ ਜੀ ਸੋ ਪ੍ਰਸ਼ਨ ਹੈ ਤੁਹਾਡਾ ਕਿ ਉਸ ਤੋਂ ਪਹਿਲਾਂ ਬਹੁਤ ਕੁਛ ਸੀ ਜੋ ਵਿਖਿਆਤ ਸੀ ਜੋ ਪਾਇਆ ਜਾਂਦਾ ਸੀ ਧਰਮ ਦੀ ਦੁਨੀਆ ਦੇ ਵਿੱਚ ਸਾਹਿਤ ਦੇ ਤੌਰ 'ਤੇ ਬਹੁਤ ਕੁਛ ਸੀਗਾ ਜ਼ਰੂਰਤ ਕਿਉਂ ਪਈ ਹਾਂਜੀ ਜਦੋਂ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਹਦੀ ਜਿਹੜੀ ਸੰਪਾਦਨਾ ਇਹਨਾਂ ਦੀ ਔਰ ਪੂਰਾ ਜਿਹੜਾ ਇੱਕ ਰੂਪ ਰੇਖਾ ਹੈ ਉਹਨੂੰ ਧਿਆਨ ਨਾਲ ਦੇਖਦੇ ਹਾਂ ਸਾਨੂੰ ਪਤਾ ਚੱਲਦਾ ਕਿ ਇਸ ਢੰਗ ਦਾ ਜੋ ਇੱਕ ਬਹੁਤ ਵੱਡਾ ਧਾਰਮਿਕ ਉਪਰਾਲਾ ਸੀ ਧਰਮ ਦੀ ਦੁਨੀਆ ਵਿੱਚ ਜਾਂ ਇਸ ਨੂੰ ਅਸੀਂ ਸਾਹਿਤ ਦੀ ਦੁਨੀਆ ਵਿੱਚ ਵੀ ਕਹਿ ਸਕਦੇ ਹਾਂ ਉਹ ਹੋਇਆ ਨਹੀਂ ਸੀ ਠੀਕ ਹੈ ਜ਼ਰੂਰਤ ਤਾਂ ਪਈ ਕਿਉਂਕਿ ਇਹ ਬਿਲਕੁਲ ਯੂਨੀਕ ਸੀ ਮੌਲਿਕ ਸੀ ਬਿਲਕੁਲ ਠੀਕ ਹੈ ਇਸ ਤੋਂ ਪਹਿਲਾਂ ਹੋਇਆ ਨਹੀਂ ਉਹਦੇ 'ਚ ਕੁਛ ਚੀਜ਼ਾਂ ਨੇ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਿਹੜਾ ਇਹਦੇ ਵਿੱਚ ਪਹਿਲੀ ਵਾਰ ਧਰਮ ਅਤੇ ਵਿਗਿਆਨ ਹਾਂਜੀ ਇਕੱਠੇ ਹੋ ਕੇ ਬੈਠੇ ਨੇ ਇਹ ਬਿਲਕੁਲ ਇਹ ਪਹਿਲਾਂ ਨਹੀਂ ਸੀ ਜੀ ਔਰ ਸਭ ਤੋਂ ਪਹਿਲਾਂ ਜਿਵੇਂ ਭਾਈ ਵੀਰ ਸਿੰਘ ਜੀ ਇੱਕ ਜਗ੍ਹਾ 'ਤੇ ਇੱਕ ਜ਼ਿਕਰ ਕਰਦੇ ਨੇ ਕਿ ਪ੍ਰੋਫੈਸਰ ਚੌਧਰੀ ਖੁਦਾ ਦਾਦ ਕਹਿੰਦੇ ਨੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਇਹਨਾਂ ਦੇ ਪ੍ਰਕਾਸ਼ ਦੇ ਨਾਲ ਪਹਿਲੀ ਵਾਰੀ ਜੋ ਕੰਪੈਰੇਟਿਵ ਸਟੱਡੀ ਹੈ ਹਾਂਜੀ ਧਰਮਾਂ ਦਾ ਆਪਸੀ ਅਧਿਐਨ ਉਹਦਾ ਜਨਮ ਹੋਇਆ ਠੀਕ ਹੈ ਧਰਮਾਂ ਦਾ ਆਪਸੀ ਜੋ ਅਸੀਂ ਉਹਨੂੰ ਕੰਪੇਅਰ ਕਰਦੇ ਹਾਂ ਕਿ ਇਹ ਧਰਮ ਦੇ ਵਿੱਚ ਇਹ ਚੀਜ਼ ਹੈ ਸਮਾਨ ਰੂਪ ਵਿੱਚ ਕਿਹੜੇ ਧਰਮ 'ਚ ਕਿਹੜੀ ਚੀਜ਼ ਹੈ ਇਸ ਤੋਂ ਪਹਿਲਾਂ ਨਹੀਂ ਸੀ ਇਸ ਤੋਂ ਪਹਿਲਾਂ ਮਿਲ ਬੈਠਣਾ ਹੋਇਆ ਨਹੀਂ ਠੀਕ ਹੈ ਸੋ ਇਹਦੇ ਵਿੱਚ ਬੜੀਆਂ ਇਸ ਤਰ੍ਹਾਂ ਦੀਆਂ ਡੂੰਘੀਆਂ ਰਮਜਾਂ ਨੇ ਜਿਹੜੀਆਂ ਬਿਲਕੁਲ ਯੂਨੀਕ ਨੇ ਮੌਲਿਕ ਨੇ ਉਹ ਪਹਿਲਾਂ ਪਈਆਂ ਨਹੀਂ ਗਈਆਂ ਕਿਤੇ ਸੋ ਇਹ ਆਪਣੇ ਆਪ 'ਚ ਬਹੁਤ ਕੀਮਤੀ ਸੰਕਲਪ ਬਣ ਗਿਆ ਸ਼ਾਇਦ ਭਾਈ ਸਾਹਿਬ ਜੀ ਇਹ ਵੀ ਆਪਾਂ ਨੂੰ ਗੱਲ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਲੈਣੀ ਚਾਹੀਦੀ ਹੈ ਕਿ ਜੋ ਜਿੰਨੇ ਵੀ ਇਸ ਤੋਂ ਪਹਿਲਾਂ ਧਾਰਮਿਕ ਗ੍ਰੰਥ ਹੋਏ ਨੇ ਸਾਰੇ ਧਾਰਮਿਕ ਗ੍ਰੰਥ ਸਤਿਕਾਰਯੋਗ ਨੇ ਪਰ ਸ਼ਾਇਦ ਉਹ ਕਿਸੇ ਵੀ ਭਾਵੇਂ ਉਹ ਗੀਤਾ ਹੋਵੇ ਭਾਵੇਂ ਉਹ ਕੁਰਾਨ ਹੋਵੇ ਜਾਂ ਉਹ ਬਾਈਬਲ ਹੈ ਸ਼ਾਇਦ ਕਿਸੇ ਵੀ ਉਸ ਪੈਰੋਕਾਰ ਨੇ ਆਪਣੇ ਹੱਥੀਂ ਉਹ ਗ੍ਰੰਥ ਨਹੀਂ ਤਿਆਰ ਕੀਤਾ ਲੇਕਿਨ ਇਹ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਇਹ ਗੁਰੂਆਂ ਨੇ ਗੁਰੂ ਕਾਲ ਸਮੇਂ ਆਪਣੇ ਹੱਥਾਂ ਨਾਲ ਇਹਨਾਂ ਨੂੰ ਤਿਆਰ ਕੀਤਾ ਇਹ 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 ਖੂਬੀਆਂ ਇਹ ਜਿਹੜੀਆਂ ਇਹਦੇ ਵਿੱਚ ਕਹਿ ਲਓ ਕਿ ਜਿਹੜੀ ਲੜੀ ਹੈ ਜੀ ਇਹ ਜਿਹੜੀ ਇਹ ਬਹੁਤ ਲੰਬੀ ਹੈ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਨਾ ਅੱਗੇ ਤੋਂ ਅੱਗੇ ਪੜ੍ਹਨਾ ਖੁੱਲਦੀਆਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰਚਨਾ ਜਪਜੀ ਸਾਹਿਬ ਆਰੰਭਿਕ ਰਚਨਾ ਬਿਲਕੁਲ ਆਰੰਭਿਕ ਜੋ ਇੱਥੋਂ ਆਰੰਭ ਹੁੰਦਾ ਹੈ ਸਾਡੇ ਕੋਲ ਅੱਖਰ ਬਾ ਅੱਖਰ ਉਹੀ ਰਚਨਾ ਮੌਜੂਦ ਹੈ ਅੱਜ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਬਿਲਕੁਲ ਉਹਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਵੀ ਮਿਲਾਵਟ ਨਹੀਂ ਹੋਈ ਕਿਉਂਕਿ ਮਿਲਾਵਟ
दो तरीके मिलावट होंगी है जी। एक तो होंगी है साजिश के तहत जी, एक अभोल मिलावट होंगी है। अभोल मिलावट तो भाव होंगे कि जो सीना बसीना कोई बिल्कुल अगे चलती है चीज तो जो ओ पूरक बनते हैं वाहक बनते हैं साधन कि कोई गल है तुम मैं दस रहे हो एक घटना का जिक्र तुम मेरे को कर रहे हो वो थोड़ी अपनी शब्दावली थोड़ी अपनी नेचर थोड़े अपने शब्द थोड़ा सुभा और बिल्कुल मौजूदा तरीके इस टाइम बैठे हो शायद पता नहीं कोई घटना हो असर हो सब कुछ मिल के मेरे को आ जाना बिल्कुल। उस तो बाद मैं घटना कन्वे कर रहा अगे कि मेरी शब्दावली मेरा सुभा मेरी करंट कंडीशन सब कुछ ऐड हो जाना करद्या करद्या ये चीज जो 10 बंद थ्रू पास होगी तो रंग रूप बदल जाना तो रहनी नहीं ये होंगे अभोल किस्म की तब्दीली। सो ये दो तब्दीलियां आ जाए ने जो जनरेशन के थ्रू चीजा पास होंगे ने पीढ़ी दर पीढ़ी पर असी बहुत ही किस्मत वाले हैं असी बहुत ही इस संबंध में भागा वाले हैं कि साढ़े को साहिब श्री गुरु नानक देव महाराज का संदेश बिल्कुल उन्ना ही ताज़ा उन्ना ही जो मौलिक रूप में जो सी वही मौजूद है और ये बहुत बड़ी खूबी है क्योंकि ये गुरु साहिबान की बहुत दूर अंदेशी वाली जो ये सोच सी कि असी इस जो तुरकी बाणी है जिस बारे गुरु महाराज कहते हैं कि बुलाया बोली खसम का वह असी इसे रूप में पहुँचानी है जो सदियां युगा जुगंतर तक चलती रहेगी उसकी ताजगी उसकी फ्रैशनेस यही कारण है कि जपजी साहिब का जो स्वरूप है वो युग बीत जाएंगे पुराना नहीं होगा। बिल्कुल तुसी गल बहुत ही कीमती गल की है कि जिमें एक गल होंगी भी आप किसी को सुनी सुनाई कर रहे हैं एक उनकी हड बीती एक उनकी जग बीती असली गल तो उ बंदा दस सकता जो हड बीती हो क्योंकि जो होर किसी बंद ने गल सुन के गाह करनी है वो गल होर होनी है ठीक है जो उस बंद को आप खुद पुछांगे तो यह जी बाणी है जी तुरकी बाणी आई जी सगली चिंत मटाई जी गुरु गुरु है बाणी में बाणी अमृत सारे गुरबाणी कहे सिवक जन मान्य प्रतख गुरु निस्तारे वह भुलेखा सारा दूर हो जाता क्यों इतने गुरु पातशाह ने अपने काल टाइम अपने हथ कलमां नाल मतलब लिखी है और लिखवाई है या उच्चारण की है ठीक है जैसे जिदा के पहले पातशाह ने गल कहती थी कि जैसी मैं आवे खसम की बाणी तैसरा कणी ज्ञान वे लाल ठीक है जो आप इतने तक आप पहुँचते हैं और कई बार मतलब ये भी अपने जे तरल करने वाले सिख कौम के है इंसान है वह केंद्र ने नहीं जी जो बाणी का दर पर दर गाह गुरबाणी किदा गई पंजे पातशाह की गल पंजे नानक की गाह बाणी किदा पहुंची यानी वह बाणी मानते 1604 तो बाद संपूर्ण रचना कलमबंद होंगी सी क्योंकि जिस चीज कहते जैसी मैं आवे खसम की बाणी तैसबा करी ज्ञान मिला जी जिस कलाम जिस शब्द इन्नी महत्ता दे रहे हैं ये भाई ला लो जिस तरह ये उतरती है आकाशों आकाशी मंडलों तो अध्यात्मक मंडलों तो मैं ठीक ठीक उसे ही ढंग उसका बयान कर रहा जिस चीज़ में इन्नी गहराई के नाल तशबीह देंगे ने इस तरह नहीं छड़ सकते फिर समझे ना बहुत कीमती चीज है। सो उन कलमबंद करते रहे हैं और ये पोथियां अगे तो अगे गुरु महाराज नूं भेटा हुंदियां रहियां ने संभालण वास्ते साहिब श्री गुरु अंगद देव महाराज नूं गुरु नानक देव महाराज जी ने उत्थे भेटा कीती है कि ये एक बहुत कीमती जो एक कह दो कि एक उस समय वो पोथी सी एक दस्तावेज कह लो जिहड़ा उन्होंने गुरबाणी रूप में जो सी वो दिता वह तीसरे पातशाह कोल पहुंचे और इस संबंध में जदों जिक्र आता है कि भाई मोहन जी जो तीसरे पातशाह के बेटे सन उन्होंने कोल वो पोथियां पईयां सन और साहिब श्री गुरु रामदास महाराज जी की रचित की हुई सारी रचना भी साहिब श्री गुरु अर्जन देव महाराज को पहुंची है और जो समा बनया है गुरु महाराज ने क्योंकि साहिब श्री गुरु अर्जन देव महाराज तक सिख कौम पूरी तरह ऑर्गेनाइज हो चुकी सी
ਬਿਲਕੁਲ ਪ੍ਰਪੱਕ ਹੋ ਚੁੱਕੀ ਸੀ, ਪ੍ਰਪੱਕ ਹੋ ਚੁੱਕੀ ਸੀ, ਇੱਕ ਪੂਰਾ ਪ੍ਰਬੰਧ ਬਣ ਚੁੱਕਾ ਸੀ। ਔਰ ਕੀ ਹੁੰਦਾ ਕਿ ਸਮੇਂ ਦੇ ਨਾਲ ਜਦੋਂ ਅਸੀਂ ਤਰੱਕੀ ਕਰਦੇ ਨਾ ਜ਼ਿੰਦਗੀ ਦੇ ਵਿੱਚ, ਤਰੱਕੀ ਚਾਹੇ ਸਮਾਜਿਕ ਹੋਵੇ, ਧਾਰਮਿਕ ਹੋਵੇ, ਆਰਥਿਕ ਹੋਵੇ, ਚਾਹੇ ਰਾਜਨੀਤਿਕ ਹੋਵੇ, ਚਾਹੇ ਉਸ ਤਰੱਕੀ ਦੇ ਨਾਲ ਕੁਛ ਇਸ ਤਰ੍ਹਾਂ ਦੀਆਂ ਤਾਕਤਾਂ ਉੱਠਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੋ ਵਿਰੋਧੀ ਹੋ ਜਾਂਦੀਆਂ ਨੇ। ਇਹ ਇੱਕ ਤਰੀਕੇ ਨਾਲ ਤੁਸੀਂ ਦੁਨੀਆਂ ਦਾ ਕੋਈ ਵੀ ਇਤਿਹਾਸ ਪੜ੍ਹ ਲਓ, ਕਿਸੇ ਵਿਦੇਸ਼ ਦਾ, ਉਹ ਇਹ ਸਮਾਨਾਂਤਰ ਚੱਲਦੀ ਹੈ ਧਾਰਾ ਨਾ। ਸੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇੱਕ ਰੈਵੋਲਿਊਸ਼ਨ ਨੇ, ਕ੍ਰਾਂਤੀ ਨੇ, ਉਹ ਕ੍ਰਾਂਤੀ ਸਥਾਪਿਤ ਹੋ ਗਈ ਪੰਚਮ ਪਿਤਾ ਤੱਕ ਪਹੁੰਚਦਿਆਂ ਪਹੁੰਚਦਿਆਂ ਪੂਰੀ ਤਰ੍ਹਾਂ। ਔਰ ਉਹਦੇ ਨਾਲ ਹੀ ਫਿਰ, ਕਿਉਂਕਿ ਜਦੋਂ ਇੱਕ ਕ੍ਰਾਂਤੀ ਉੱਠਦੀ ਹੈ, ਉਸ ਕ੍ਰਾਂਤੀ ਦੀ ਮੂਵਮੈਂਟ ਜਿਸ ਤਰਫ ਨੂੰ ਹੁੰਦੀ ਹੈ, ਉਸ ਤਰਫ ਇੱਕ ਪੈਨਿਕ ਸ਼ੁਰੂ ਹੋ ਜਾਂਦਾ ਹੈ, ਡਰ ਦੀ ਧਾਰ ਨਾ। ਕ੍ਰਾਂਤੀ ਦਾ ਭਾਵ ਹੁੰਦਾ ਹੈ ਕਿ ਕੁਛ ਵਿਰੋਧੀ ਚੀਜ਼ਾਂ ਆਲਰੇਡੀ ਮੌਜੂਦ ਨੇ, ਉਹ ਕ੍ਰਾਂਤੀ ਉਹਨਾਂ ਦੇ ਖਿਲਾਫ ਹੈ। ਸੋ ਉਹ ਜੋ ਵਿਰੋਧੀ ਚੀਜ਼ਾਂ ਨੇ ਉਹ ਸੰਗਠਿਤ ਹੋਣੇ ਸ਼ੁਰੂ ਹੁੰਦੀਆਂ ਨੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੱਕ ਆ ਕੇ ਉਹ ਵਿਰੋਧੀ ਚੀਜ਼ਾਂ ਵੀ ਆਪਣੇ ਆਪ ਦੇ ਵਿੱਚ ਆਰਗਨਾਈਜ਼ ਹੋਣੀ ਸ਼ੁਰੂ ਹੋ ਗਈਆਂ। ਠੀਕ ਹੈ। ਔਰ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਇੱਕ ਆਪਣੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਇਸ ਪ੍ਰਬੰਧ ਨੂੰ ਇੱਕ ਪੁਖਤਾ ਮੋਹਰ ਲਗਾਉਣ ਵਾਸਤੇ ਪੰਚਮ ਪਿਤਾ ਨੇ ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ ਕਿ ਅਸੀਂ ਹੁਣ ਆਪਣੇ ਇਸ ਪੂਰੇ ਜੋ ਸਾਡੀ ਪੂਰੀ ਗੁਰਮਤ ਦੀ ਧਾਰਾ ਚੱਲੀ ਆ ਰਹੀ ਹੈ, ਇਹਨੂੰ ਅਸੀਂ ਇੱਕ ਪਲੇਟਫਾਰਮ 'ਤੇ ਲੈ ਕੇ ਆ ਗਏ ਹਾਂ। ਇਸ ਤੋਂ ਬਾਅਦ ਇਹਨੂੰ ਪੂਰੀ ਤਰ੍ਹਾਂ ਆਰਗਨਾਈਜ਼ ਕਰਨਾ, ਲਾਸਟ ਜਿਹਨੂੰ ਕਹਿ ਦਿੰਦੇ ਨਾ ਕਿ ਆਪਾਂ ਮੋਹਰ ਲਗਾਉਣੀ ਉਹਦੇ ਉੱਤੇ। ਸੋ ਫਿਰ ਉਹ ਪੋਥੀਆਂ ਗੁਰੂ ਮਹਾਰਾਜ ਨੇ ਇਕੱਤਰ ਕੀਤੀਆਂ ਨੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਖੁਦ ਭਾਈ ਮੋਹਨ ਜੀ ਪਾਸ ਗਏ ਨੇ, ਉਹ ਪੋਥੀਆਂ ਲਈਆਂ ਨੇ। ਔਰ ਜਿਹੜੀ ਭਗਤਾਂ ਦੀ ਬਾਣੀ ਹੈ, ਇਹਦੇ ਪਿੱਛੇ ਵੀ ਥੋੜ੍ਹਾ ਡੂੰਘਾਈ ਨਾਲ ਦੇਖਿਆ ਜਾਵੇ, ਭਗਤ ਬਾਣੀ ਦੇ ਵਿੱਚ ਜਿਹੜੀ ਚੋਣ ਕੀਤੀ ਗਈ ਹੈ ਨਾ ਕਿ ਕਿਹੜੇ ਭਗਤਾਂ ਦੀ ਬਾਣੀ ਵਿੱਚ ਆਵੇਗੀ, ਉਹ ਬੜੀ ਨਿਰਾਲੀ ਹੈ। ਜਿਵੇਂ ਬਾਬਾ ਫਰੀਦ ਜੀ ਨੇ, ਬਾਬਾ ਫਰੀਦ ਜੀ ਇਸਲਾਮਿਕ ਜਗਤ ਦੇ ਇੱਕ ਮਹਾਨ ਸੂਫੀ ਹੋਏ ਨੇ, ਚਿਸ਼ਤੀ ਜੋ ਉਹਨਾਂ ਦੀ ਸੰਪਰਦਾ ਹੈ, ਔਰ ਲਗਭਗ 11ਵੀਂ ਸਦੀ ਦੇ ਵਿੱਚ ਇਹ ਆਏ ਨੇ। ਔਰ ਅਸੀਂ ਜੇਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਕਲਾਸੀਫਾਈਡ ਕਰੀਏ ਸਮੇਂ ਦੇ ਆਧਾਰ ਤੇ, ਤੇ ਸਭ ਤੋਂ ਪਹਿਲੇ ਬਾਣੀ ਜਿਹੜੀ ਬਾਬਾ ਫਰੀਦ ਜੀ ਦੀ ਆਉਂਦੀ ਹੈ। ਬਿਲਕੁਲ, ਸ਼ਾਇਦ ਉਹਨਾਂ ਦਾ ਜਿਹੜਾ ਬੋਰਡ ਸੀ ਉਹ 1173 ਦਾ ਸੀ, ਮੁਲਤਾਨ ਦਾ। ਹਾਂਜੀ, ਔਰ ਪਾਕਪਟਨ ਦੇ ਵਿੱਚ ਉਹ ਉਹਨਾਂ ਨੇ ਛੱਡਿਆ ਆਪਣਾ। ਬਾਬਾ ਫਰੀਦ ਜੀ ਦੀ ਬਾਣੀ ਨੂੰ ਧਿਆਨ ਨਾਲ ਵਾਚੋ, ਇਸਲਾਮਿਕ ਜਗਤ ਦੀ ਜੋ ਕੱਟੜਤਾ ਹੈ ਉਹ ਤੁਹਾਨੂੰ ਨਹੀਂ ਮਿਲੇਗੀ ਉੱਥੇ। ਜੀ ਬਿਲਕੁਲ ਨਹੀਂ ਮਿਲੇਗੀ ਉੱਥੇ, ਬੜੀ ਮਿਠਾਸ ਮਿਲੇਗੀ। ਜੀ, ਇੱਕ ਫਿੱਕਾ ਨਾ ਗੱਲ ਆਏ, ਸਭ ਨਾ ਮੈਂ ਸੱਚਾ ਧਣੀ। ਜੀ, ਫਿੱਕਾ ਬੋਲਣ ਨੂੰ ਵੀ ਉਹ ਜਿਹੜੇ ਉਹ ਕਹਿੰਦੇ ਨੇ ਕਿ ਨਹੀਂ ਗਲਤ ਹੈ, ਗਲਤ ਹੈ, ਕਿਸੇ ਦੀ ਢੌਣ ਤੇ ਤਲਵਾਰ ਰੱਖ ਕੇ ਜਬਰੀ ਧਰਮ ਤਬਦੀਲ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ। ਕਹਿੰਦੇ ਨੇ ਕਿਸੇ ਦਾ ਦਿਲ ਵੀ ਨਾ ਤੋੜੋ, ਨਾ ਤੋੜੋ, ਇੱਥੋਂ ਤੱਕ ਉਹ ਸੈਂਸਿਟਿਵ ਨੇ ਆਪਣੀ ਆਪਣੇ ਆਤਮਾ ਦੇ ਤਲ ਤੇ ਜਾਗੇ ਹੋਏ ਇਨਸਾਨ ਨੇ। ਸੋ ਹੋਇਆ ਕੀ ਕਿ ਇੰਨੀ ਜ਼ਿਆਦਾ ਮਿਠਾਸ, ਸ਼ਕਰੇਗੰਜ ਕਿਹਾ ਜਾਂਦਾ ਸੀ ਬਾਬਾ ਫਰੀਦ ਜੀ ਨੂੰ ਨਾ, ਸ਼ੇਖ ਫਰੀਦ ਬਾਬਾ, ਸ਼ਕਰੇਗੰਜ, ਸ਼ਕਰੇਗੰਜ ਭਾਵ ਮਿੱਠੇ ਦਾ ਪਹਾੜ, ਠੀਕ ਹੈ, ਮਿਠਾਸ ਦਾ ਪਹਾੜ। ਸੋ ਕੀ ਹੋਇਆ ਕਿ ਕੱਟੜਵਾਦੀਆਂ ਨੇ ਬਾਬਾ ਫਰੀਦ ਜੀ ਨੂੰ ਬਹੁਤ ਤਵੱਜੋ ਨਹੀਂ ਦਿੱਤੀ, ਠੀਕ ਹੈ, ਪਰ ਇੰਨਾ ਕੀਮਤੀ ਉਹਨਾਂ ਦਾ ਬੋਲ ਹੈ, ਇੰਨਾ ਕੀਮਤੀ ਉਹਨਾਂ ਦਾ ਸੰਦੇਸ਼ ਹੈ। ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ, ਕਿਉਂਕਿ ਉਹਨਾਂ ਨੇ ਜੋ ਚੋਣ ਕੀਤੀ ਹੈ ਨਾ ਉਹ ਬੜੀ ਕੁਆਲਿਟੀ ਦੇ ਆਧਾਰ ਤੇ ਕੀਤੀ ਹੈ, ਉਹ ਕਿਸੇ ਸਿਫਾਰਿਸ਼ ਦੇ ਆਧਾਰ ਤੇ ਨਹੀਂ ਕੀਤੀ, ਕਿਉਂਕਿ ਸਿਫਾਰਿਸ਼ ਦੇ ਆਧਾਰ ਤੇ ਕਰਦੇ ਤਾਂ ਇੱਦਾਂ ਬਹੁਤ ਕੁਛ ਹੋਇਆ ਸੀ ਉਦੋਂ। ਬਿਲਕੁਲ, ਕਿਉਂਕਿ ਬਿਲਕੁਲ ਇਹ ਖਬਰ ਦੂਰ ਦੂਰ ਤੱਕ ਫੈਲ ਗਈ ਸੀ, ਇੱਕ ਮਹਾਨ ਗ੍ਰੰਥ ਦੀ ਸੰਪਾਦਨਾ ਹੋ ਰਹੀ ਹੈ, ਔਰ ਸਿਫਾਰਿਸ਼ਾਂ ਵਾਲੇ ਲੋਕ ਜਿਹੜੇ ਚਾਹੁੰਦੇ ਸੀ ਕਿ ਅਸੀਂ ਵੀ ਇਸ ਧਾਰਾ ਵਿੱਚ ਸ਼ਾਮਿਲ ਹੋ ਜਾਈਏ, ਉਹ ਪਹੁੰਚਦੇ ਸਨ ਉੱਥੇ। ਠੀਕ ਹੈ, ਭਾਈ ਕਾਨਾ ਇਸ ਤਰ੍ਹਾਂ ਦੇ ਨਾਮ ਆਉਂਦੇ ਨੇ, ਭਾਈ ਪੀਲੂ, ਹਾਂਜੀ ਇਸ ਤਰ੍ਹਾਂ ਦੇ, ਹਾਂਜੀ ਸ਼ਾਹ ਹੁਸੈਨ ਇਸ ਤਰ੍ਹਾਂ ਨਾਮ ਆਉਂਦੇ ਨੇ। ਬਿਲਕੁਲ, ਹਾਂਜੀ, ਖੈਰ, ਪਰ ਗੁਰੂ ਮਹਾਰਾਜ ਨੇ ਬੜੀ ਕੁਆਲਿਟੀ ਦੇ ਆਧਾਰ ਤੇ ਚੋਣ ਕੀਤੀ ਹੈ, ਪਰ ਬਾਬਾ ਫਰੀਦ ਜੀ ਦੀ ਬਾਣੀ ਨੂੰ ਜਗ੍ਹਾ ਦਿੱਤੀ ਹੈ। ਭਗਤ ਰਵਿਦਾਸ ਜੀ ਨੇ ਆਪਣੇ ਸਮੇਂ ਦੇ ਸਭ ਤੋਂ ਜ਼ਿਆਦਾ ਉਹਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਸੀ, ਕਿਉਂਕਿ ਉਹ ਉਸ ਜਾਤੀ ਨਾਲ ਸੰਬੰਧ ਰੱਖਦੇ ਸਨ ਜਿਹਦੀ ਕਿ ਅਥਾਰਟੀ ਕਹਿੰਦੀ ਸੀਗੀ ਧਾਰਮਿਕ ਕਿ ਤੁਸੀਂ ਹੱਕ ਨਹੀਂ ਰੱਖਦੇ ਪਰਮਾਤਮਾ ਦਾ ਨਾਮ ਲੈਣ ਦਾ। ਬਿਲਕੁਲ, ਤੁਹਾਡਾ ਹੱਕ ਨਹੀਂ, ਇਹ ਸਾਡਾ ਕੰਮ ਹੈ, ਤੁਹਾਡਾ ਹੱਕ ਨਹੀਂ ਹੈਗਾ ਹੈ। ਔਰ ਉਹ ਨਾਮ ਨਹੀਂ ਸੀ ਲੈਂਦੇ, ਉਹ ਤਾਂ ਉਹਨਾਂ ਨੇ ਤਾਂ ਕਹਿ ਦਿੱਤਾ ਕਿ ਮੈਂ ਉਸ ਚੀਜ਼ ਨੂੰ ਪਾ ਲਿਆ ਜਿਹਦੇ ਬਾਰੇ ਤੁਸੀਂ ਗੱਲਾਂ ਕਰਦੇ ਹੋ।
ਜਿਹਦੇ ਬਾਰੇ ਤੁਹਾਡੇ ਕੋਲ ਸੂਚਨਾਵਾਂ ਨੇ, ਮੈਂ ਉਸ ਚੀਜ਼ ਨੂੰ ਪਾ ਲਿਆ। ਸੋ ਭਗਤ ਰਵਿਦਾਸ ਜੀ ਇੱਕ ਬਹੁਤ ਵੱਡੀ ਕ੍ਰਾਂਤੀ ਸਨ ਧਰਮ ਦੀ ਦੁਨੀਆ ਦੇ ਵਿੱਚ, ਪਰ ਉਹਨਾਂ ਨੂੰ ਪੂਰੀ ਤਰ੍ਹਾਂ ਇਗਨੋਰ ਕੀਤਾ ਗਿਆ ਸੀ। ਔਰ ਇਹ ਇੱਕ ਬੜਾ ਦਿਲਚਸਪ ਤੱਤ ਹੈ ਕਿ ਜੇ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪੰਚਮ ਪੇਦਾ ਸ਼ਾਮਿਲ ਨਾ ਕਰਦੇ ਤੇ ਉਹ ਬਾਹਰ ਕਿਤੇ ਨਹੀਂ ਹੈਗੀ, ਹੋਰ ਕਿਤੇ ਨਹੀਂ ਹੈਗੀ। ਬਿਲਕੁਲ, ਤੁਸੀਂ ਬਹੁਤ ਹੀ ਇੱਕ ਵਜਨ ਵਾਲੀ ਗੱਲ ਕੀਤੀ ਹੈ। ਧਰਮ ਜਾਂ ਸਿੱਖ ਧਰਮ ਜਿੱਥੇ ਇੱਕ ਆਦਮੀ ਦੇ ਜੀਵਨ ਦੀ ਸ਼ੈਲੀ ਨੂੰ ਅਘੇੜਦਾ ਹੈ, ਉਸਦੇ ਨਾਲ ਨਾਲ ਇੱਕ ਇਹ ਕ੍ਰਾਂਤੀਕਾਰੀ ਲਹਿਰ ਵੀ ਹੈ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਜੋ ਆਧੁਨਿਕ ਯੁੱਗ ਹੈ, ਜਿਸ ਹਿਸਾਬ ਨਾਲ ਜਦੋਂ ਜੋ ਜੋ ਸਹਿਜ ਸਹਿਜ ਨਾਲ ਜਿਹੜਾ ਵਿਗਿਆਨ ਦਾ ਯੁੱਗ ਹੈ, ਟੈਕਨੀਕ ਦਾ ਯੁੱਗ ਹੈ, ਇਹ ਜੋ ਜੋ ਅੱਗੇ ਵੱਧ ਰਿਹਾ, ਤਿਉਂ ਤੋਂ ਉਹ ਹਰ ਗੱਲਾਂ ਸੱਚੀਆਂ ਹੋ ਰਹੀਆਂ ਨੇ ਜਿਹੜੀਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦੀਆਂ ਨੇ। ਔਰ ਇੱਥੇ ਇਹ ਗੱਲ ਕਹਿਣਾ ਬਿਲਕੁਲ ਦੋ ਚੀਤੀ ਨਹੀਂ ਹੋਵੇਗੀ ਕਿ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਅਤੇ ਨਾਨਕ ਹੋਸੀ ਵੀ ਸੱਚ। ਜੋ ਪਹਿਲੇ ਤੱਤ ਮਿਲਦੇ ਨੇ, ਜੋ ਅੱਜ ਮਿਲ ਵੀ ਰਹੇ ਨੇ, ਜਾਂ ਜੋ ਅੱਜ ਦਾ ਸੰਸਾਰ, ਜੋ ਅੱਜ ਦੀ ਤਕਨੀਕ ਜਿੱਥੇ ਜਿੱਥੇ ਜਾ ਕੇ ਜੋ ਜੋ ਗੱਲਾਂ ਸੱਚ ਕਰ ਰਹੀ ਹੈ ਜਿਹੜੀ ਬਾਬੇ ਨਾਨਕ ਨੇ ਕਹੀਆਂ ਨੇ, ਅਤੇ ਜੋ ਅੱਗੇ ਨੂੰ ਜਾ ਰਿਹਾ ਇਹ ਤਕਨੀਕ ਜਾ ਰਹੀ ਹੈ, ਉਹ ਐਂ ਹੀ ਪ੍ਰਤੀਤ ਹੋ ਰਿਹਾ ਕਿ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਇਹ ਬਿਲਕੁਲ 100% ਪਰਪੱਕ ਔਰ ਸੱਚ ਹੈ। ਇਹ ਹੈਗਾ ਕਿ ਜਿਹੜਾ ਵਿਗਿਆਨ ਹੈ ਨਾ, ਇਹਦੀ ਖੋਜ ਹੈ ਸੱਚਾਈ ਨੂੰ ਜਾਣਨਾ ਜੀ, ਕਿ ਤੱਥਾਂ ਦੀ ਪੜਤਾਲ ਕਰਨੀ ਹੈ, ਤੱਥਾਂ ਦੀ ਪੜਤਾਲ ਤੋਂ ਬਾਅਦ ਪ੍ਰਯੋਗ ਕਰਨਾ ਹੈ ਕਿ ਇਹ ਤੱਥ ਸੱਚੇ ਨੇ ਜਾਂ ਝੂਠੇ ਨੇ। ਅੰਤ ਦੇ ਵਿੱਚ ਉਹ ਉਸ ਚੀਜ਼ ਨੂੰ ਸੱਚਾਈ ਨੂੰ ਜਾਣਦੇ ਨੇ ਪ੍ਰਯੋਗ ਦੇ ਦੁਆਰਾ, ਐਕਸਪੈਰੀਮੈਂਟ ਇਹ ਵਿਗਿਆਨ ਦਾ ਆਧਾਰ ਹੈ, ਪ੍ਰਯੋਗ ਤੋਂ ਬਿਨਾਂ ਉਹ ਕਿਸ ਚੀਜ਼ ਨੂੰ ਮੰਨਦੇ ਨੇ। ਹੁਣ ਹੋਇਆ ਕੀ ਹੈ, ਅਜੋਕੇ ਯੁੱਗ ਵਿੱਚ ਧਰਮ ਦੀ ਸਮੱਸਿਆ ਇਹ ਪੈਦਾ ਹੋ ਗਈ, ਖਾਸ ਕਰ ਜੇ ਅਸੀਂ ਪੱਛਮੀ ਸਮਾਜ ਦੀ ਗੱਲ ਕਰੀਏ, ਕਿ ਜਿਹੜੀਆਂ ਧਾਰਮਿਕ ਰਿਚੁਅਲ ਸੀਗੀਆਂ, ਧਾਰਮਿਕ ਮਨੌਤਾਂ ਸੀਗੀਆਂ, ਉਹਨਾਂ ਨੂੰ ਵਿਗਿਆਨ ਨੇ ਖੰਡਿਤ ਕਰ ਦਿੱਤਾ ਸਮੇਂ ਦੇ ਨਾਲ। ਔਰ ਵੈਸਟ ਵਰਲਡ ਜਿਹੜਾ ਸਾਰੇ ਦਾ ਸਾਰਾ ਸੀ, ਉਹ ਆਪਣੇ ਧਰਮ ਤੋਂ ਮੁਨਕਰ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਜਿਹੜੀ ਚੀਜ਼ ਨੂੰ ਅਸੀਂ ਦੇਖ ਲਈਏ ਕਿ ਇਹ ਝੂਠੀ ਹੈ, ਉਹ ਸਾਡੇ ਵਿਸ਼ਵਾਸ ਦਾ ਆਧਾਰ ਨਹੀਂ ਰਹਿ ਜਾਂਦੀ। ਐਂਟਰਟੇਨਮੈਂਟ ਦਾ ਆਧਾਰ ਚਾਹੇ ਰਹਿ ਜਾਏ, ਮਨੋਰੰਜਨ ਦਾ ਆਧਾਰ ਚਾਹੇ ਰਹਿ ਜਾਏ, ਮਨੋਰੰਜਨ ਦਾ ਆਧਾਰ ਤਾਂ ਲਗਭਗ ਹੁੰਦਾ ਹੀ ਫੇਕ ਹੈ, ਜੋ ਵੀ ਤੁਸੀਂ ਦੇਖਦੇ ਹੋ ਮਨੋਰੰਜਨ ਦੇ ਨਾਮ ਤੇ, ਖੇਡ ਨੇ, ਫਿਲਮਾਂ ਨੇ, ਜੋ ਵੀ ਹੈ ਉਹ ਸਭ ਫੇਕ ਹੁੰਦਾ, ਪਤਾ ਹੁੰਦਾ ਸਾਨੂੰ, ਔਰਗਨਾਈਜ਼ ਹੈ, ਇੱਕ ਖੇਡ ਔਰਗਨਾਈਜ਼ ਹੁੰਦਾ, ਇੱਕ ਫਿਲਮ ਔਰਗਨਾਈਜ਼ ਹੁੰਦੀ ਹੈ, ਪਰ ਜੀਵਨ ਦੇ ਜੋ ਵਿਸ਼ਵਾਸ ਹੁੰਦੇ ਨੇ ਉਹ ਕਦੇ ਫੇਕ ਨਹੀਂ ਹੁੰਦੇ ਸਾਡੇ। ਜੇ ਸਾਨੂੰ ਪਤਾ ਹੋਵੇ ਕਿ ਸਾਡਾ ਇਹ ਰਿਸ਼ਤਾ ਜੀਵਨ ਦਾ ਫੇਕ ਹੈ, ਇਹ ਬੰਦਾ ਉਸ ਰਿਸ਼ਤੇ ਨੂੰ ਪੂਰੀ ਤਰ੍ਹਾਂ ਨਿਭਾ ਨਹੀਂ ਰਿਹਾ ਜੋ ਮੇਰੇ ਨਾਲ ਰੱਖਦਾ, ਅਸੀਂ ਉਹ ਤੋਂ ਪਛਾੜ ਜਾਵਾਂਗੇ, ਅਸੀਂ ਫਿਰ ਅਸੀਂ ਮਨੋਰੰਜਨ ਦੇ ਆਧਾਰ 'ਤੇ ਨਹੀਂ ਜਾ ਸਕਦੇ। ਸੋ ਧਰਮ ਜਿਹੜਾ ਇਹ ਵਿਸ਼ਵਾਸ ਦਾ ਆਧਾਰ ਸੀ। ਜਦੋਂ ਪਤਾ ਚੱਲਿਆ ਕਿ ਜਿਵੇਂ ਧਰਤੀ ਦੀ ਉਤਪਤੀ ਦੀ ਕਹਾਣੀ ਹੈ ਅਕੋਰਡਿੰਗ ਟੂ ਕ੍ਰਿਸਚੀਅਨਿਟੀ, ਸਾਇੰਸ ਨੇ ਉਸਨੂੰ ਗਲਤ ਸਿੱਧ ਕਰ ਦਿੱਤਾ ਸਮੇਂ ਦੇ ਨਾਲ, ਫਿਰ ਕੀ ਹੋਇਆ ਕਿ ਵੈਸਟ ਵਰਲਡ ਨਾਸਤਿਕ ਹੋਣਾ ਸ਼ੁਰੂ ਹੋ ਗਿਆ, ਸਮੱਸਿਆ ਬਣ ਗਈ। ਇਸ ਤਰ੍ਹਾਂ ਹੀ ਬਾਕੀ ਧਰਮਾਂ ਦੇ ਨਾਲ ਵੀ ਹੋਇਆ, ਸੱਤ ਆਕਾਸ਼ ਤੇ ਸੱਤ ਪਤਾਲ ਦਾ ਸਿਧਾਂਤ ਸਾਇੰਸ ਨੇ ਗਲਤ ਸਿੱਧ ਕਰ ਦਿੱਤਾ। ਅਜੋਕੇ ਸਮੇਂ ਦੇ ਵਿੱਚ ਧਰਮ ਦੀ ਸਮੱਸਿਆ ਬਣ ਗਈ ਹੈ ਕਿ ਧਰਮ ਜਾਂ ਤਾਂ ਆਪਣੇ ਆਪ ਨੂੰ ਫੇਕ ਮਹਿਸੂਸ ਕਰ ਰਿਹਾ ਜਾਂ ਫਿਰ ਉਹ ਵਿਗਿਆਨ ਨੂੰ ਗਲਤ ਸਿੱਧ ਕਰੇ, ਕਰੇ ਕਰ ਨਹੀਂ ਸਕਦਾ ਨਾ, ਵਿਗਿਆਨ ਨੂੰ ਗਲਤ ਸਿੱਧ ਕਰਨਾ ਬੜਾ ਔਖਾ। ਅਸੀਂ ਧਾਰਮਿਕ ਚੈਨਲ ਚੱਲਦੇ ਨੇ ਔਰ ਉਹ ਚੱਲਦੇ ਵਿਗਿਆਨ ਦੇ ਥਰੂ ਨੇ, ਸਮਝਿਆ ਨਾ। ਇੱਥੇ ਆਣ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਮੌਜੂਦਾ ਪ੍ਰਸੰਗ ਦੇ ਵਿੱਚ ਜ਼ਰੂਰਤ ਹੈ ਨਾ, ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਗਈ, ਬਹੁਤ ਜ਼ਿਆਦਾ ਵੱਧ ਗਈ ਹੈ। ਕਿਉਂ? ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਧਰਮ ਦੀ ਜੋ ਵਿਆਖਿਆ ਬਿਲਕੁਲ ਡੂੰਘੇ ਔਰ ਅਸਲੀ ਤੱਥਾਂ ਦੇ ਆਧਾਰ 'ਤੇ ਪਹਿਲਾਂ ਕਰ ਦਿੱਤੀ ਸੀ, ਉਹ ਚੁਟਵਾਈ, ਜਿਵੇਂ ਤੁਸੀਂ ਦੱਸਿਆ ਕਿ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਔਰ ਕੀ ਹੋਇਆ ਕਿ ਧਰਤੀ ਦੀ ਉਤਪਤੀ ਦਾ ਜੋ ਪੂਰੇ ਦਾ ਪੂਰਾ ਸਿਲਸਿਲਾ, ਪ੍ਰਿਥਵੀ ਦੀ ਉਤਪਤੀ ਦਾ ਸਿਲਸਿਲਾ, ਚਾਹੇ ਕਿ ਇਹ ਅਧਿਆਤਮਿਕ ਸਬਜੈਕਟ ਨਹੀਂ ਹੈਗਾ, ਇਹ ਇੱਕ ਤੁਸੀਂ ਕਹਿ ਸਕਦੇ ਹੋ ਕਿ ਬ੍ਰਹਿਮੰਡੀ ਕਿਸਮ ਦਾ ਵਿਗਿਆਨ ਹੈ, ਅਧਿਆਤਮ ਇਹਦੇ ਵਿੱਚ ਨਹੀਂ ਆਉਂਦਾ, ਪਰ ਗੁਰੂ ਮਹਾਰਾਜ ਨੇ ਸਾਨੂੰ ਸਾਡੇ ਮੂਲ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਸਾਨੂੰ, ਜੀ ਬਿਲਕੁਲ, ਕਿ ਤੁਸੀਂ ਕਿੱਥੋਂ ਆਏ ਹੋ। ਹਾਂਜੀ, ਕਿਉਂਕਿ ਜਿੰਨਾ ਚਿਰ ਅਸੀਂ ਆਪਣੇ ਮੂਲ ਦੇ ਸੰਬੰਧ ਵਿੱਚ ਨਹੀਂ ਜਾਣਦੇ, ਅਸੀਂ ਭਵਿੱਖ ਵੱਲ ਵੀ ਨਹੀਂ ਜਾ ਸਕਦੇ, ਨਹੀਂ ਜਾ ਸਕਦੇ। ਬਿਲਕੁਲ, ਚੀਜ਼ਾਂ ਇੱਕ ਦੂਜੇ ਦੀਆਂ ਪੂਰਕ ਨੇ ਜੀ, ਸੰਬੰਧਿਤ ਨੇ ਇੱਕ ਦੂਜੇ ਨਾਲ। ਸੋ ਗੁਰੂ ਮਹਾਰਾਜ ਨੇ ਬੜਾ ਡੂੰਘਾ ਔਰ ਰਮਜੀ ਤਰੀਕੇ ਨਾਲ, ਰਹੱਸਮਈ ਤਰੀਕੇ ਨਾਲ ਧਰਤੀ ਦੀ ਜੋ ਵਿਆਖਿਆ ਕੀਤੀ ਹੈ, ਉਤਪਤੀ ਦੀ, ਬ੍ਰਹਿਮੰਡ ਦੀ, ਉਹ ਵਿਗਿਆਨ ਦੇ ਨਾਲ ਸਟੀਕ ਸਿੱਧ ਹੋ ਗਈ।
ਅੱਜ ਤੋਂ 200 ਸਾਲ ਪਹਿਲਾਂ ਇਹਨਾਂ ਪੰਕਤੀਆਂ ਨੂੰ ਇੰਨਾ ਜ਼ਿਆਦਾ ਪ੍ਰਮਾਣਿਤ ਕਰਕੇ ਨਹੀਂ ਸੀ ਬੋਲਿਆ ਜਾਂਦਾ ਜਿਹੜੀਆਂ ਪੰਕਤੀਆਂ ਨੇ ਨਾ ਜੀ ਕਿ ਸਾਚੇ ਤੇ ਪਵਨਾ ਪਾਇਆ ਹਾਂਜੀ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘੜ ਘੜ ਜੋਤ ਸਮੋਏ ਅੱਜ ਤੋਂ 200 ਸਾਲ ਪਹਿਲਾਂ ਇਹਨਾਂ ਪੰਕਤੀਆਂ ਨੂੰ ਜ਼ਿਆਦਾ ਪ੍ਰਮਾਣਿਤ ਕਰਕੇ ਜਾਂ ਇਹਨਾਂ ਤੇ ਜ਼ਿਆਦਾ ਡੂੰਘੀ ਵਿਆਖਿਆ ਨਹੀਂ ਦਿੱਤੀ ਜਾਂਦੀ ਸੀ ਕਾਰਨ ਕਿਉਂਕਿ ਅਸੀਂ ਸੋਚਦੇ ਸੀ ਕਿ ਇਹ ਪੰਕਤੀਆਂ ਇਹਨਾਂ ਦੇ ਜਿਹੜੇ ਅਰਥ ਨੇ ਕਿਉਂਕਿ ਵਿਗਿਆਨ ਦੇ ਨਾਲ ਉਹ ਅਰਥ ਨੂੰ ਸਪਸ਼ਟ ਹੋ ਗਏ ਵਿਗਿਆਨ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਕੀਤੀ ਹੈ ਦਰਅਸਲ ਪੰਕਤੀਆਂ ਦੀ ਕਥਾ ਕੀਤੀ ਹੈ ਔਰ ਇਹ ਕਥਾ ਅੱਗੇ ਵੱਧ ਰਹੀ ਹੈ ਕਿਉਂਕਿ ਹੁਣ ਕ੍ਰਿਸ਼ਚੀਅਨਿਟੀ ਦਾ ਇਹ ਨਿਯਮ ਸੀ ਕਿ ਧਰਤੀ ਕੇਂਦਰ ਹੈ ਸੂਰਜ ਦੇ ਦੁਆਲੇ ਚੱਕਰ ਕੱਟਦਾ ਹੈ ਬੜਾ ਲੰਬਾ ਸਮਾਂ ਉਹ ਇਸ ਸਿਧਾਂਤ ਨੂੰ ਮੰਨਦੇ ਰਹੇ ਗਲੈਲੀਓ ਨੇ ਪਹਿਲੀ ਵਾਰੀ ਚੈਲੰਜ ਕੀਤਾ ਗਲੈਲੀਓ ਲਗਭਗ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ 100 ਸਾਲ ਬਾਅਦ ਹੋਇਆ ਗਸ਼ਤ ਕਰਤੀ ਤੇ ਲਗਭਗ 80-100 ਸਾਲ ਬਾਅਦ ਔਰ ਉਹਨੇ ਚੈਲੰਜ ਕੀਤਾ ਔਰ ਉਹਨੂੰ ਉਹਨਾਂ ਨੇ ਸਜਾਏ ਮੌਤ ਦਿੱਤੀ ਹੈ ਪਰ ਬਾਅਦ ਵਿੱਚ ਜਦੋਂ ਪੂਰੀ ਤਰ੍ਹਾਂ ਪ੍ਰਮਾਣਿਤ ਹੋ ਗਈ ਗੱਲ ਸਮੱਸਿਆ ਬਣ ਗਈ ਧਰਤੀ ਕੇਂਦਰ ਨਹੀਂ ਸੀ ਸੂਰਜ ਕੇਂਦਰ ਬਣ ਗਿਆ ਸੂਰਜ ਦਾ ਕੇਂਦਰ ਬਣਨਾ ਵੀ ਅੰਤਿਮ ਸੱਚਾਈ ਨਹੀਂ ਹੈ ਔਰ ਕੁਛ ਸਮੇਂ ਤੋਂ ਬਾਅਦ ਕੁਛ ਸਮਾਂ ਪਹਿਲਾਂ ਵਿਗਿਆਨ ਨੇ ਇਹ ਗੱਲ ਪ੍ਰਮਾਣਿਤ ਕੀਤੀ ਕਿ ਸੂਰਜ ਵੀ ਕੇਂਦਰ ਨਹੀਂ ਹੈ ਧਰਤੀ ਸੂਰਜ ਦੁਆਲੇ ਚੱਕਰ ਕੱਟਦੀ ਹੈ ਸੂਰਜ ਅੱਗੇ ਕਿਸੇ ਹੋਰ ਇਹ ਪੂਰੀ ਦੀ ਪੂਰੀ ਗਲੈਕਸੀ ਵੀ ਮੂਵ ਕਰਦੀ ਹੈ ਔਰ ਬੜੀ ਪਿਆਰੀ ਪੰਕਤੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਦਿਨ ਰਫ ਚੱਲੈ ਨਿਸ ਸੱਸ ਚੱਲੈ ਤਾਰਕਾ ਲਖ ਲੋਏ ਮੁਕਾਮ ਉਹੀ ਹੈ ਮਤਲਬ ਕਿ ਇਹ ਸਭ ਵੀ ਚੱਲ ਰਿਹਾ ਰੁਕਿਆ ਹੋਇਆ ਵੀ ਨਹੀਂ ਜੇ ਧਰਤੀ ਚੱਲਦੀ ਹੈ ਸੂਰਜ ਦੁਆਲੇ ਸੂਰਜ ਵੀ ਚੱਲ ਰਿਹਾ ਤੇ ਉਹ ਪੰਕਤੀਆਂ ਸਾਨੂੰ ਸਮੇਂ ਦੇ ਨਾਲ ਨਿੱਜੀ ਤੌਰ ਤੇ ਮੈਂ ਇਸ ਤਰ੍ਹਾਂ ਸੋਚਦਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਇਸ ਧਰਤੀ ਤੇ ਆਉਣ ਚ ਜੇ ਆਪਾਂ ਨੂੰ ਸਮੇਂ ਦੇ ਹਿਸਾਬ ਨਾਲ ਕਲਾਸੀਫਾਈਡ ਕਰੀਏ ਕੋਈ 500 ਤੋਂ 600 ਸਾਲ ਲੱਗੇ ਨੇ ਕਿਉਂਕਿ 11ਵੀਂ ਸਦੀ ਚ ਬਾਬਾ ਫਰੀਦ ਜੀ ਆਏ ਨੇ ਔਰ ਧੰਨ ਧੰਨ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਸਮੇਂ ਦੇ ਪ੍ਰਸੰਗ ਚ ਉਹਦੇ ਚ ਦਰਜ ਹੈ ਅੰਤਿਮ ਰੂਪ ਵਿੱਚ ਇਹ 500-600 ਸਾਲ ਦਾ ਸਮਾਂ ਬਣਦਾ ਹੈ ਲਗਭਗ ਔਰ ਅਸੀਂ ਖੜੇ ਹਾਂ ਕੋਈ 400 ਸਾਲ ਦੇ ਸਮੇਂ ਤੇ ਕਿਉਂਕਿ 1604 ਦੇ ਵਿੱਚ ਅਸੀਂ ਜੋ ਸਮੇਂ ਦੀ ਕਾਊਂਟ ਕਰਦੇ ਹਾਂ ਪ੍ਰਕਾਸ਼ ਹੋਇਆ ਸਤਿਗੁਰਾਂ ਦੇ ਸਰੂਪ ਦਾ ਔਰ ਅੱਜ ਅਸੀਂ 2014 ਸੋ ਇਹ ਕੋਈ 410 ਸਾਲ ਦਾ ਸਮਾਂ ਬਣਦਾ ਹੈ ਨਿੱਜੀ ਤੌਰ ਤੇ ਮੈਂ ਸੋਚਦਾ ਕਿ ਜਿਹੜੀ ਬਾਣੀ ਨੂੰ ਇਸ ਧਰਤੀ ਤੇ ਆਉਂਦੀਆਂ 600 ਸਾਲ ਲੱਗ ਗਏ ਅਸੀਂ ਉਸ ਬਾਣੀ ਦੀ ਕਥਾ 400 ਸਾਲ ਦੇ ਵਿੱਚ ਨਹੀਂ ਕਰ ਸਕਦੇ ਗੁਰਬਾਣੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਹੁਤ ਡੂੰਘੇ ਰਹੱਸ ਅਜੇ ਛੁਪੇ ਹੋਏ ਨੇ ਜਿਹੜੇ ਭਵਿੱਖ ਅਜੇ ਖੁੱਲੇ ਨੇ ਬਿਲਕੁਲ ਤੁਸੀਂ ਗੱਲ ਬਹੁਤ ਅੱਗੇ ਕੀਤੀ ਸੀ ਪਹਿਲੀ ਗੱਲ ਤੇ ਆਪਾਂ ਨੂੰ ਇਹ ਕਈ ਆਪਣੀ ਜਿਹੜੀ ਖਾਸ ਕਰਕੇ ਆਪਣੀ ਸੰਗਤੀ ਹੈ ਸਿੱਖ ਸੰਗਤੀ ਹੈ ਉਹਨਾਂ ਨੂੰ ਇਸ ਚੀਜ਼ ਬਾਰੇ ਵੀ ਸਮਝਾਉਣਾ ਬਹੁਤ ਔਖਾ ਹੋ ਜਾਂਦਾ ਕਿ ਧਰਮ ਹੈ ਜੀ ਕੀ ਚੀਜ਼ ਇਸ ਦਾ ਥੋੜ੍ਹਾ ਜਿਹਾ ਚਾਨਣਾ ਆਪਾਂ ਉਹ ਵਿਚਾਰ ਸਾਂਝੇ ਕਰੋ ਕਿ ਧਰਮ ਹੈ ਕੀ ਧਰਮ ਇਹ ਬੜਾ ਕੰਪਲੀਕੇਟਡ ਪ੍ਰਸ਼ਨ ਹੈ ਇਹ ਪ੍ਰਸ਼ਨ ਧਰਮ ਕੀ ਹੈ ਜਿਹੜੇ 3 ਵਰਡ ਨੇ ਇਹ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਪ੍ਰਸ਼ਨ ਹੈ ਧਰਮ ਕੀ ਹੈ ਔਰ ਕੀ ਹੈ ਕਿ ਗੁਰਬਾਣੀ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜਿੰਨਾ ਇਹ ਕੀਮਤੀ ਤੇ ਛੋਟਾ ਪ੍ਰਸ਼ਨ ਹੈ ਉਤੋਂ ਵੀ ਜ਼ਿਆਦਾ ਕੀਮਤੀ ਤੇ ਛੋਟਾ ਸੰਖੇਪ ਉੱਤਰ ਦਿੱਤਾ ਹੈ ਕਿ ਧਰਮ ਕੀ ਹੈ ਸਤਿਗੁਰੂ ਕਹਿੰਦੇ ਨੇ ਇੱਕੋ ਧਰਮ ਦ੍ਰਿੜ ਹੈ ਸੱਚ ਕੋਈ ਕਹਿੰਦੇ ਧਰਮ ਇੱਕ ਹੀ ਹੈ ਕੀ ਹੈ ਕੋਈ ਸੱਚ ਨੂੰ ਜਾਣ ਲਵੇ ਜਿਹੜਾ ਸੱਚ ਨੂੰ ਜਾਣ ਗਿਆ ਉਹ ਧਰਮ ਹੈ ਸੱਚ ਦੀ ਖੋਜ ਧਰਮ ਹੈ ਸੱਚ ਦੀ ਖੋਜ ਕਿਸ ਤਰ੍ਹਾਂ ਕਰਨੀ ਹੈ ਉਹ ਅੱਗੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੂਰਾ ਸੰਕਲਪ ਖੋਲਦਾ ਜੀ ਬਿਲਕੁਲ ਤੇ ਇਸ ਤੋਂ ਅੱਗੇ ਹੁਣ ਆਪਣੇ ਕੋਲੋਂ ਕਿਉਂ ਇਹ ਮਤਲਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਰੇ ਜਿੰਨੀ ਮਰਜ਼ੀ ਵਿਚਾਰ ਕੀਤੀ ਜਾਵੇ ਜਿਤਨੀ ਮਰਜ਼ੀ ਵਿਚਾਰ ਕੀਤੀ ਜਾਵੇ ਬਹੁਤ ਸਮਾਂ ਜਿਹੜਾ ਉਹ ਕੰਮ ਹੈ ਤੇ ਇਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਰਾਗਾਂ ਦੇ ਵਿੱਚ ਜਿਹੜੀ ਆ ਉਹ ਬਾਣੀ ਦਰਜ ਹੈ ਜਿਹੜੀ ਰਾਗਾਂ ਦੀ ਜਿੱਥੋਂ ਤੱਕ ਗੱਲ ਆਉਂਦੀ ਹੈ ਮੁੱਖ ਤੌਰ ਤੇ 31 ਰਾਗ ਨੇ ਠੀਕ ਹੈ ਅੱਗੋਂ ਉਹਨਾਂ ਨੂੰ ਕਲਾਸੀਫਾਈਡ ਕਰਕੇ ਉਹ ਰਾਗਾਂ ਦੀ ਗਿਣਤੀ ਵੱਧ ਜਾਂਦੀ ਹੈ ਪਰ ਆਧਾਰਿਤ ਤੌਰ ਤੇ ਤਤਕਰੇ ਦੇ ਰੂਪ ਵਿੱਚ 31 ਰਾਗਾਂ ਦੇ ਵਿੱਚ ਬਾਣੀ ਦਰਜ ਹੈ ਰਾਗਾਂ ਦੀ ਚੋਣ ਬੜੀ ਪ੍ਰਭਾਵੀ ਢੰਗ ਨਾਲ ਕੀਤੀ ਗਈ ਹੈ ਠੀਕ ਹੈ ਖੁਸ਼ੀ ਦੇ ਜੋ ਪਿਆਰ ਨਾਲ ਜ਼ਿੰਦਗੀ ਦੀਆਂ ਖੁਸ਼ੀਆਂ ਨਾਲ ਸੰਬੰਧਿਤ ਸ਼ਬਦ ਰਾਗ ਸੂਹੀ ਵਿੱਚ ਦਰਜ ਨੇ ਰਾਗ ਪ੍ਰਭਾਤੀ ਵਿੱਚ ਦਰਜ ਨੇ ਉਹ ਸ਼ਬਦ ਜੋ
जीवन की उत्पत्ति संबंधित ने। तो जो असी साहब श्री गुरु ग्रंथ साहब महाराज के संपूर्ण स्वरूप देखते हैं तो सू पता चलता है कि धन धन साहब श्री गुरु अर्जन देव महाराज की जी प्रतिभा से उनका टैलेंट एज अ एडिटर एज एन एडिटर वो किन्ने महान सन कि एडा वड्डा जो गुरबाणी का संग्रह उसनू थां पुर थां लाना चोन करनी क्योंकि हुण तां साडे कोल गुरु महाराज का संपूर्ण स्वरूप है सानू पता है कि सतगुरु की जिहड़ी सच्ची बाणी यही है पर गुरु साहिबान दे कोल चोन करन दा बड़ा उहदे विच सीगा उस टाइम बड़ा कुछ हो चुका सी ऑलरेडी बड़ी बाणी रची जा चुकी सी फेक नामां दे थले होर लोकां वल्लों समस्या सी सो उहनां दी बहुत अदुत्ती प्रतिभा टैलेंट उहनां नजर आंदा है इस पूरी संपादन कार्ज दे विच कि उह किन्ने महान उह ऑर्गेनाइजर सन। आपां विचार इहदे नाल नाल इह भी करदे चलीए बेशक भावें साडा अज्ज दा इह विशा नहीं क्यों इह भी इक विचारण वाला विशा कि जदों जो शेरे पंजाब महाराजा रणजीत सिंह उसकी मौत तो बाद जो पूरे काबिज तौर से अंग्रेज पंजाब के उपर काबिज हो गया तो उदों जिहड़े सिंघां दे घर बार से उजाड़ दिते गए बहुत तसीहे चल रहे पे सिख कौम इन्हां दे जां तां जंगलों के घर बार से जां आम गल जिहड़ी मशहूर है कि मनू साडी दात्री असीं मनू दे सोए जो जो मनू वड़दा सी दूण सवाए होए। चलते प्रकरण ये भी गल नाल साझी मैं पहले करता चला कि कई बार आप देख रहे हैं कि संगत में बैठे आम जो संगत ने अपने नाले हाथ ना इशारा करेंगे नाले कहेंगे सवाया जा गप्पा ठीक है। सो बड़ी ही सुनीमर बेनती है कि दर्शकों के सामने कि जो सवाया है सवाए का मतलब थोड़ा नहीं सवाए का मतलब ज़्यादा होया करता है ठीक। सो अगे चलते हैं कि वह जो वो टाइम से उस टाइम पर बहुत तरीके एक तो प्रचार नहीं हो सकता सिख धर्म का दूसरा ये कि वह गुरद्वारा की सेवा संभाल वास्ते जो अंग्रेज चाहता सी या जो उस टाइम का ब्राह्मण से जो कि चाहता सी कि वैश शूद्र इस चीज़ का पता ना लगे कि यह धर्म है की चीज़ है क्योंकि उन्होंने तो यह अधिकार ही नहीं कि जो धार्मिक ग्रंथ ने या धार्मिक किताबा ने वो पढ़ सकन। सो उन्होंने इन्होंने गुरद्वारा के जोड़े ब्राह्मणा के कर्मकांड से वो वार दिते जिहड़े कि साडे अज तक साडे विचों नहीं निकल रहे क्यों साडे वो मतलब सीना पसीना गाह तो गाह तुरे आउंदे ने। जे अगर आप किसी आम व्यक्ति की गल कर रहे हैं पूछिए भाई यह जी गल है ये कर्मकांड ने या ये मनमत है ये गुरु की सिक्ख्या या गुरु का सिद्धांत नहीं है तो वो गलों अगों जो जवाब यह होंगे कि साडे जिहड़े पुरखे ने इदा ही करते रहते असं इदा ही करना है। तुसीं की समझ हो कि इत्थे च इस गल दे विच साडे प्रचारक कथावाचक या कि साडी अजे भी जिहड़ी अज्ञानता या जिहड़ी श्रद्धा या आपां उह गल कह रही कि जिहड़ी अन्नी श्रद्धा जिस अन्नी श्रद्धा नूं तोड़न वास्ते धन धन श्री गुरु ग्रंथ साहिब जी दे कोल जाने असीं ते उत्थे जा के असीं अन्नी श्रद्धा दे वस हो के सारे उह कर्मकांड करने आ ते फिर भी आपां मतलब भावें उह माफ करना उह जिहड़ी गुरद्वारे दी मैनेजमेंट होवे या कमेटी होवे या ग्रंथी सिंह ही होवे उह कितें ना कितें मजबूर हो जांदा इह गल नहीं कहिंदा कि तुसीं इह कर्मकांड ना करो। ये गल सोच के कि इन्हों की जी श्रद्धा की भावना है इनू ठेस ना पहुँचे तो आप की कहना चाहोगे कि वाकई यदा डट के जरा विरोध करना चाहिए कि या वो श्रद्धा इदा टिका रह देना चाहिए। एक ना बैलेंस बड़ा जरूरी है हर ऑर्गेनाइजेशन दे विच ठीक है। असी अन्नी शब्द श्रद्धा शब्द का प्रयोग करते हैं इस संबंध में यह शब्द भी बड़ा कॉम्प्लिकेटेड है जी। एक तो श्रद्धा है एक अन्नी है बिल्कुल। सो की है साढ़े को समा जो ऑर्गेनाइज तरीके असी अपनी पूरी जो गुरु साहबान तो बाद समा इस तरह का कदी बनया नहीं जी। एक बार सिख राज दे विच समा आया जो असी आजाद सीगे पर सिख राज दे विच न्याय प्रबंध तो बड़ा मजबूत रहा जी। ताकत दे विच असी रहे बड़े पर सिख इतिहास ते सिख सिद्धांत नूं संभालण दा काम उदों नहीं होया नहीं होया बिल्कुल नहीं होया नहीं होया क्योंकि उदों भी कुछ पॉलिटिक्स गल्लां बातां चलदियां सीगियां जिन्हां दी वजह नाल जिवें एग्जाम्पल है कि पंजाबी भाषा नूं उदों भी राज भाषा दा दर्जा नहीं मिलिया उहदा कारण की सी कि पंजाबी भाषा दो लिपियां विच लिखी जांदी है शाहमुखी दे विच मुसलमानां नूं पढ़दे ने मुसलमान भरा ते गुरमुखी च असीं पढ़दे हां सिख जदों चुणदे सन उन्होंने एक लिपि चुननी पैंदी सी दोनों दे विच ठीक है वो
फिर की होया कि महाराजा रणजीत सिंह जो एक राजनीतिवान सी सोचा कि जे मैं एक लिपि चुनदा तो मैं एक कम्युनिटी का विरोध चलना पवेगा। उन्होंने कहा फारसी रख दें ऑफिशियल भाषा सिख राज की फारसी रही सदा पंजाबी नहीं बन सकी। इस तरह दी चीजा दरपेश सन उदों भी की है कि पूरी तरह ऑर्गेनाइज तरीके नाल असीं चीज नूं चला नहीं सके। फिर वक्त आया कि जदों जिस तरह तुसीं जिक्र कीता है कि अंग्रेज कौम जदों आई है उदों साडे विच बहुत कुछ शामिल कर दिता गया है जी बिल्कुल। इस तरह दीआं चीजां कि कुछ साहित्यक भी चीजा एंटर कर दित्तियां गईआं ने वो चीजा साडे नाल अज भी घट रहीआं ने। अज भी असीं कोई उस तों दूर नहीं चले गए। अज भी बड़ा कुछ साहित्यक तरीके नाल साडे च एंटर हो रहा है। मैनूं याद है ज्ञानी संतोख सिंह जी ऑस्ट्रेलिया वाले उन्हां दा एक लेख है इस संबंध विच कि सिख रेफरेंस लाइब्रेरी 5 या 10 साल दे विच दोबारा वापस आ रही है सिखां कोल। बेशक महाराजा रणजीत सिंह ने बहुत बहुत वड्डियां जगीरां जिहड़ियां गुरुद्वारे दे नाल लाईआं जिहड़ियां हुण तक चलीआं आ रहीआं पर प्रचार नहीं हो सकिआ इत्थे कोई दो रावां नहीं। उस टाइम ते जिहड़ा साडा इतिहास सी उहदे विच बहुत दुविधा पैदा कीती गई बहुत रला किया गया पर उस टाइम ते बेशक सिखां दे कोल ताकत नहीं सी राजनीतिक उन्हां दे जिहड़े डेरे सी जां दे घर घर सी घोड़िआं दीआं काठियां तोया करदे सी पर वह मानसिक तौर ते गुरु नाल जुड़े हुए सी शब्द गुरु नाल जुड़े हुए सी और पक्के सी समर्पित सी गुरु नूं गुरु शब्द नूं समर्पित सी। ਇਹਦਾ ਕੀ ਕਾਰਨ ਹੈ ਕਿ ਮਤਲਬ ਉਸ ਟਾਈਮ ਤੇ ਉਹਦੀਆਂ ਵਿਰੋਧੀ ਤਾਕਤਾਂ ਸੀਗੀਆਂ ਜਾਂ ਸਾਡੇ ਗਵਾਂਢੀ ਮੱਤ ਵਾਲੇ ਸੀ ਕਹਿ ਲਈਏ ਆਪਾਂ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਰਲਾ ਨਹੀਂ ਕਰ ਸਕੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਇਸ ਤਰੀਕੇ ਨਾਲ ਤਰਤੀਬ ਦਿੱਤੀ ਗਈ ਹੈ ਕਿ ਉਹਦੇ ਵਿੱਚ ਰਲਾ ਹੋ ਹੀ ਨਹੀਂ ਸਕਦਾ ਸੀ। ਅਤੇ ਯਾਰ ਉਸ ਵੇਲੇ ਦਾ ਟਾਈਮ ਜਦੋਂ ਕਿ ਅਸੀਂ ਕੁਛ ਗਿਣਤੀ ਦੇ ਸਿੱਖ ਸੀ ਉਸ ਟਾਈਮ 'ਤੇ ਅਸੀਂ ਇੰਨੇ ਪੱਕੇ ਔਰ ਪਰਪੱਕ ਸਾਂ ਲੇਕਿਨ ਅੱਜ ਜਿਹੜਾ ਸਾਡਾ ਸਿੱਖਾਂ ਦਾ ਸਿਧਾਂਤ ਹੈ निगाह मारी थोड़ी पिछे लगभग समा जो आंदा 1920 दे करीब ये दहाका जो कि सिंह सभा लहर का उत्थान होंदा जे देखा जाए उस समय दे विच इन्हें कीमती फैसले कौम ने लए ने कि जिन्हां दे करके अज सिख सिद्धांत कम से कम मैं नहीं कहिंदा कि लागू है हर जगह ते पर वो प्रमाणित साडे कोल पिया हैगा कि असीं कह सकदे कि इहनूं असीं लागू करना है समझे ना जिवें सिख रहत मर्यादा सिख रहत मर्यादा साडे कोल एक प्रमाणित दस्तावेज मौजूद है असीं इह नहीं कहिंदे कि साडे कोल है नहीं असीं नूं लागू करना है। पर देखो सिख रहत मर्यादा जदों बनदी है तो कम से कम कौम एक जगह ते होके इकट्ठा फैसला लैंदी है इन ये कैपेबिलिटी साडे कोल उदों सी असीं उह फैसले लए ने। सिख रहत मर्यादा दे विच एक एक अक्षर दे उत्ते 4-4 दिन बहस हुंदी सी कि इहनूं शामिल करना कि नहीं करना वह बड़ी पुण छाण के उहदे विच ना बड़ियां गल्लां ने। अज असीं कह दिंदे आ कि इह चीज़ क्यों शामिल कर ली ये चीज़ शामिल की गई है पिछे बड़ा कुछ सोच के विचार के कोई इदा नहीं कि चुप के शामिल कर ली गई है एक एक अखर एक एक कौमा कितने पाना है ये बहस होंगी बिल्कुल भाई साहब इतना माफ करा थोड़ी निकी गल नहीं करांगा उहदा कारण है कि देखो जे असी ठीक है किसी बंदे दे असी किंतु परंतु कर सकते हैं पर जे असी सिख सिद्धांत नूं जां गुरु शब्द नूं समर्पित हैं तो असी इहदा मतलब अकाल तख्त साहब नूं भी समर्पित है सुधार हो तब्दीली की जाए अपने विचार रखे जाए पर उस तो पहले जो रहत मर्यादा अपनी घड़त है सिख रहत मर्यादा अकाल तख्त की समर्पित होना बहुत जरूरी है प्रबंध भी है सानू सूचना दिंदी अपने बारे। सो मैं कह रहा सी कि असीं इन्हें
जरूरी काम जिहड़े कीते जाने चाहिए सी उदों कीते जी, पर वक्त दे नाल की होया, एक समा सी, तुसीं थोड़ा नज़र मारो तुहानूं उदों उस समय विद्वान जो लॉबी सीगी जी, डूंघा सोचण वाले लोग हां जी, ओह पंथ दीआं नीतियां दे उपर प्रबंध दे उपर तुहानूं उहनां दी नज़रसानी मिलेगी उस टाइम जी, बिल्कुल उस टाइम जिवें गुरबाणी कथा दा सीगा उन्होंने प्रोफेसर साहिब सिंह जी ने बहुत जिन्हें कह दो कि सिख इतिहास के पहली प्रमाणिक कथा हुई व्याकरण के आधार पर ग्रैमर के आधार पर क्योंकि पहला इस तो पहला हुई नहीं सी कथा होंगी सी। मैं निजी तौर पर सोचता कि सब तो सटीक से प्रमाणिक कथा गुरु महाराज ने खुद की थी जो मौजूद सन अपने काल टाइम अपने बिल्कुल अपने शरीर रूप में जो मौजूद सन सब तो सटीक से प्रमाणिक कथा गुरु महाराज खुद करते सन। उस तो बाद ਜਿਹੜੇ ਸਿੱਖਾਂ ਨੇ ਗੁਰੂ ਮਹਾਰਾਜ ਦੇ ਕੋਲ ਬੈਠ ਕੇ ਸਿੱਖਿਆ ਲਈ ਕਥਾ ਦੀ ਉਹ ਕਥਾ ਕਰਦੇ ਰਹੇ ਜਿਨ੍ਹਾਂ ਦੇ ਵਿੱਚੋਂ ਮੇਨ ਵੱਡੇ ਦੋ ਨਾਮ ਸਾਹਮਣੇ ਆਉਂਦੇ ਹਨ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਇਹਨਾਂ ਇਹ ਦੋ ਵੱਡੇ ਨਾਮ ਆਉਂਦੇ ਨੇ ਉਹਦਾ ਕਾਰਨ ਇਹ ਜਿਹੜੀਆਂ ਸਾਡੀਆਂ ਟਕਸਾਲਾਂ ਬਾਅਦ ਵਿੱਚ ਚੱਲੀਆਂ ਨੇ ਉਹ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਮ 'ਤੇ ਪਰ ਭਾਈ ਮਨੀ ਸਿੰਘ ਜੀ ਦੇ ਨਾਮ 'ਤੇ ਚੱਲੀਆਂ ਨੇ ਉਹਦਾ ਕਾਰਨ ਇਹ ਸੀ ਕਿ ਸਭ ਤੋਂ ਪ੍ਰਮਾਣਿਕ ਅਤੇ ਸਟੀਕ ਨਾਮ ਸਨ ਗੁਰਮਤਿ ਵਿਖਿਆਨ ਦੇ ਖੇਤਰ ਵਿੱਚ। ਸੋ ਕੀ ਹੋਇਆ ਬਾਅਦ ਵਿੱਚ ਜਿਵੇਂ ਜਿਹੜੇ ਅਸੀਂ ਨਾਮ ਦੋ ਲੈਂਦੇ ਹਾਂ ਇਹ ਮਹਾਨ ਨਾਮ ਇਹ ਦੋਵੇਂ ਸ਼ਹੀਦ ਸ਼ਹੀਦੀਆਂ ਪ੍ਰਾਪਤ ਕਰ ਗਏ ਇਹ ਮਹਾਨ ਵਿਦਵਾਨ ਜਨ ਸਿੱਖ ਹੁੰਦੇ ਸ਼ਹੀਦੀਆਂ ਪ੍ਰਾਪਤ ਕਰ ਗਏ। ਉਸ ਤੋਂ ਬਾਅਦ ਵਿੱਚ ਸਮਾਂ ਆਇਆ ਘੱਲੂਘਾਰਿਆਂ ਦਾ ਮਿਸਲਾਂ ਦਾ ਬੜੀ ਡੂੰਘੀ ਜਦੋ ਜਹਿਦ ਦਾ। ਉਹਦੇ ਵਿੱਚ ਕੀ ਹੋਇਆ ਕਿ ਜਿਹੜਾ ਸਪਸ਼ਟ ਇੱਕ ਲਿੰਕ ਚੱਲਿਆ ਆ ਰਿਹਾ ਸੀ ਕਥਾ ਦਾ ਗੁਰੂ ਮਹਾਰਾਜ ਤੋਂ ਉਹ ਥੋੜ੍ਹਾ ਕਿਉਂਕਿ ਸਾਡੀ ਕੁਆਲਿਟੀ ਸੀ ਜਿਹੜੀ ਉਹ ਸ਼ਹੀਦ ਹੋਣੀ ਸ਼ੁਰੂ ਹੋ ਗਈ ਅਤੇ ਉਹਦੇ ਵਿੱਚ ਇੱਕ ਥੋੜ੍ਹਾ ਖਲਾਅ ਪੈਦਾ ਹੋ ਗਿਆ। ਕਥਾ ਦਾ ਪ੍ਰਬੰਧ ਉਦਾਸੀ ਨਿਰਮਲੇ ਅਤੇ ਹੋਰ ਉਹਨਾਂ ਦੀ ਵੀ ਬੜੀ ਕੁਰਬਾਨੀ ਹੈ ਕਿਉਂਕਿ ਉਹ ਸਮਾਂ ਇੱਦਾਂ ਦਾ ਸੀ ਕਿ ਸੰਭਾਲਣਾ ਸੀ ਸਿੱਖ ਸਿਧਾਂਤ ਨੂੰ ਉਹਨਾਂ ਨੇ ਕੋਸ਼ਿਸ਼ ਕੀਤੀ ਸੰਭਾਲਣ ਦੀ ਬੜੀ ਪਰ ਉਸ ਸਮੇਂ ਦੇ ਵਿੱਚ ਜਿਹੜੀਆਂ ਪੁਰਾਣੀਆਂ ਡੂੰਘੀਆਂ ਨੀਤੀਵਾਨ ਨੇ ਸਾਡੇ ਭਾਰਤ ਦੇ ਉਹਨਾਂ ਨੂੰ ਮੌਕਾ ਮਿਲਿਆ ਅਤੇ ਗੁਰਬਾਣੀ ਕਥਾ ਦਾ ਜਿਹੜਾ ਪ੍ਰਸੰਗ ਸੀ ਉਹ ਉਹਦੇ ਵਿੱਚ ਮਿਥਿਹਾਸ ਉਹਦੇ ਵਿੱਚ ਚਮਤਕਾਰ ਵਾਲੀਆਂ ਸਾਖੀਆਂ ਉਹਦੇ ਵਿੱਚ ਬਹੁਤ ਕੁਛ ਸ਼ਾਮਿਲ ਹੋਇਆ ਉਸ ਟਾਈਮ ਦੇ ਵਿੱਚ। ਹਾਂਜੀ ਔਰ ਅੰਗਰੇਜ਼ਾਂ ਦੇ ਆਉਣ ਤੱਕ ਸਾਡਾ ਜਿਹੜਾ ਕਥਾ ਪ੍ਰਬੰਧ ਸੀ ਗੁਰਬਾਣੀ ਦਾ ਉਹ ਬਹੁਤ ਅਲੱਗ ਹੋ ਗਿਆ ਸੀਗਾ ਆਪਣੇ ਅਸਲੀ ਮੁੱਦੇ ਨਾਲੋਂ। ਪਹਿਲੀ ਵਾਰੀ ਜਦੋਂ ਸਿੰਘ ਸਭਾ ਲਹਿਰ ਚੱਲੀ ਹੈ ਔਰ ਅੰਗਰੇਜ਼ਾਂ ਦੀ ਵਜ੍ਹਾ ਨਾਲ ਮੈਂ ਕਹਿ ਸਕਦਾ ਕਿਉਂਕਿ ਸਾਨੂੰ ਜਦੋਂ ਕਿਸੇ ਚੀਜ਼ ਕੋਈ ਚੀਜ਼ ਸਾਨੂੰ ਚੈਲੇਂਜ ਦਿੰਦੀ ਹੈ ਉਦੋਂ ਅਸੀਂ ਇਕੱਠੇ ਹੁੰਦੇ ਹਾਂ ਔਰ ਇਹ ਸਿੱਖ ਕੌਮ ਦੀ ਖੂਬੀ ਹੈ। ਵੈਸੇ ਅਸੀਂ ਆਪਸ ਜਦ ਬੈਠਦੇ ਹਾਂ ਨਾ ਜ਼ਿਕਰ ਕਰਦੇ ਹਾਂ ਕਿ ਅਸੀਂ ਆਪਸ 'ਚ ਲੜਨ ਵਾਲੇ ਲੋਕ ਹਾਂ ਹਰ ਪ੍ਰਬੰਧ 'ਤੇ। ਅਸੀਂ ਸਮਾਜਿਕ ਤੌਰ 'ਤੇ ਵੀ ਰਾਜਨੀਤਿਕ ਤੌਰ 'ਤੇ ਵੀ ਅਸੀਂ ਦੇਖਦੇ ਰਹਿੰਦੇ ਹਾਂ ਧਾਰਮਿਕ ਤੌਰ 'ਤੇ ਜਵਾਬਦੇ ਹਾਂ ਅਗਰੈਸਿਵ ਹਾਂ ਛੇਤੀ ਇੱਕ ਦੂਜੇ ਦੇ ਅਸੀਂ ਸੁਣਦੇ ਨਹੀਂ ਅਸੀਂ ਕਦਰ ਵਿਚਾਰਾਂ ਦੀ ਘੱਟ ਕਰਦੇ ਹਾਂ। ਪਰ ਤੁਸੀਂ ਕਿਸੇ ਦੂਸਰੀ ਕਮਿਊਨਿਟੀ ਦੇ ਬੰਦੇ ਨੂੰ ਪੁੱਛੋ ਉਹ ਤੁਹਾਡੇ ਬਾਰੇ ਕੀ ਰਾਏ ਰੱਖਦੇ ਨੇ। ਸਿੱਖ ਕੌਮ ਬਾਰੇ ਦੂਜੀਆਂ ਕਮਿਊਨਿਟੀਆਂ ਇਹ ਰਾਏ ਰੱਖ ਰਹੀਆਂ ਨੇ ਕਿ ਬੜੇ ਇਕੱਠੇ ਰਹਿਣ ਵਾਲੇ ਲੋਕ ਨੇ ਬਿਲਕੁਲ ਇਹ ਇਹਨਾਂ ਨੂੰ ਕੋਈ ਸਮੱਸਿਆ ਹੋ ਜੇ ਸਭ ਇਕੱਠੇ ਹੋ ਜਾਂਦੇ ਕਹਿਣਗੇ ਸਰਦਾਰ ਸਰਦਾਰ ਦੀ ਮਦਦ ਜ਼ਰੂਰ ਕਰੇਗਾ ਚਾਹੇ ਉਹਦਾ ਆਪਣਾ ਨੁਕਸਾਨ ਹੋ ਜਾਵੇ। ਇਹ ਦੂਜੀਆਂ ਕਮਿਊਨਿਟੀਆਂ ਸਾਡੇ ਬਾਰੇ ਰਾਏ ਰੱਖਦੀਆਂ ਨੇ। ਮੈਨੂੰ ਯਾਦ ਹੈ ਗੁਰਦੁਆਰਾ ਸਾਹਿਬ ਪੋਲੈਂਡ ਸਿੰਧੀ ਕਮਿਊਨਿਟੀ ਵੀ ਸੰਗਤ ਕਾਫੀ ਹੈ ਅਤੇ ਉਹਨਾਂ ਦੇ ਵੀ ਜੋ ਕਿਉਂਕਿ ਉਹਨਾਂ ਦਾ ਇੱਕ ਆਪਣਾ ਵੀ ਅਲੱਗ ਥੋੜ੍ਹਾ ਹੈਗਾ ਸਿਸਟਮ ਉਹ ਆਪਣੇ ਵੀ ਉੱਥੋਂ ਬਲਾ ਕਦੇ ਕਦੇ ਉਹਨਾਂ ਦੇ ਵੀ ਵਿਜ਼ਿਟ ਕਰਦੇ ਨੇ ਲੋਕ ਕਈ ਵਾਰ ਦੁਬਈ ਵਗੈਰਾ ਤੋਂ ਠੀਕ ਹੈ ਅਤੇ ਇੱਕ ਉਹਨਾਂ ਦੇ ਕਿਸੇ ਗੁਰਦੁਆਰਾ ਸਾਹਿਬ ਤੋਂ ਆਏ ਸੀ ਉੱਥੇ ਗੱਲ ਚੱਲ ਰਹੀ ਸੀ। ਉਸ ਟਾਈਮ ਮਸਲਾ ਬਣਿਆ ਸੀਗਾ ਇਹ ਜਿਹੜਾ ਫਾਂਸੀ ਦਾ ਮਸਲਾ ਸੀਗਾ ਪਿੱਛੇ ਇੱਕ ਬੜੀ ਵੱਡੀ ਕੰਟਰੋਵਰਸੀ ਹੋਈ ਸੀ ਰਾਜਵਾਣਾ ਹਾਂਜੀ ਅਤੇ ਉਹ ਕਹਿਣ ਲੱਗੇ ਕਿ ਦੇਖੋ ਜਦੋਂ ਆਪਾਂ ਬੈਠੇ ਸੀ ਇਹ ਚੱਲ ਪਿਆ ਥੋੜ੍ਹਾ ਕਿਉਂਕਿ ਉਦੋਂ ਕਾਫੀ ਪੰਜਾਬ ਬੰਦ ਸੀ ਟੋਟਲ ਤੇ ਬੜਾ ਕੰਟਰੋਵਰਸੀ ਸੀ ਵਿਚਾਰ ਚੱਲ ਪਈ ਹਾਂਜੀ ਵਿਚਾਰ ਚੱਲ ਪਈ। ਉਹ ਕਹਿਣ ਲੱਗੇ ਕਿ ਦੇਖੋ ਇਹ ਹੁੰਦੀ ਹੈ ਸੰਗਠਿਤ ਕੌਮ ਦੀ ਨਿਸ਼ਾਨੀ ਸਾਡੇ ਨਾਲ ਇਸ ਤਰ੍ਹਾਂ ਦਾ ਕੁਛ ਹੋ ਜਾਵੇ ਅਸੀਂ ਕਦੇ ਸੰਗਠਿਤ ਨਹੀਂ ਹੋਵਾਂਗੇ। ਇਹ ਸਿੱਖਾਂ ਦੀ ਨਿਸ਼ਾਨੀ ਹੈ ਕਿ ਇਹ ਸੰਗਠਿਤ ਹੋ ਜਾਂਦੇ ਨੇ ਕਿਸੇ ਮਸਲੇ ਦੇ ਉੱਤੇ ਖੜਕੀ ਖਲੋ ਜਾਂਦੇ ਨੇ ਲੜਨ ਨੂੰ ਮਰਨ ਨੂੰ ਤਿਆਰ ਹੋ ਜਾਂਦੇ ਨੇ ਆਪਣੇ ਸਿਧਾਂਤਾਂ ਵਾਸਤੇ। ਕਹਿੰਦੇ ਨੇ ਕਿ ਦੇਖੋ ਰਾਜਵਾਣਾ ਇਕੱਲੇ ਇਕੱਲੇ ਤਾਂ ਰਿਸ਼ਤੇਦਾਰ ਤਾਂ ਨਹੀਂ ਹੈ ਪਰ ਦੇਖੋ ਇੱਕ ਸਿੱਖ ਹੋਣ ਦੇ ਨਾਤੇ ਸਾਰੀ ਕੌਮ ਇਕੱਠੀ ਖੜੀ ਹੈ ਦੂਜੇ ਸਾਡੇ ਬਾਰੇ ਇਸ ਤਰ੍ਹਾਂ ਦੀ ਰਾਏ ਰੱਖਦੇ ਨੇ ਬਿਲਕੁਲ ਬਿਲਕੁਲ ਪਰ ਕੀ ਹੈ ਕਿ ਆਪਸ ਦੇ ਵਿੱਚ ਸਾਡੀਆਂ ਮੁਸ਼ਕਲਾਂ ਹੈਗੀਆਂ ਮੁਸ਼ਕਲਾਂ ਹੈਗੀਆਂ ਕਿਉਂਕਿ ਆਪਾਂ ਗੱਲ ਸਾਂਝੀ ਕਰਨੀ ਹੈ ਕਿ ਆਪਾਂ ਬਹੁਤ ਸਾਰੇ ਮੁੱਦਿਆਂ ਤੇ ਜੀ ਆਪਾਂ ਦੇਖਦੇ ਹਾਂ
ਆਪਣੀ ਘਰੇਲੂ ਜ਼ਿੰਦਗੀ ਦੇ ਵਿੱਚ ਅਸੀਂ ਜਦੋਂ ਵੀ ਕੋਈ ਇਹੋ ਜਿਹਾ ਮਸਲਾ ਹੁੰਦਾ ਬਹੁਤ ਛੇਤੀ ਇਕੱਠੇ ਹੋ ਜਾਂਦੇ ਹਾਂ ਔਰ ਇੱਕ ਦੂਜੇ ਦੀ ਹੈਲਪ ਦੇ ਲਈ ਤਿਆਰ ਹੁੰਦੇ ਹਾਂ ਬਹੁਤ ਚੰਗੀ ਗੱਲ ਬਹੁਤ ਵਧੀਆ ਪਰ ਜਦੋਂ ਆਪਾਂ ਕਿਤੇ ਨਾ ਕਿਤੇ ਜਾ ਕੇ ਇਹ ਇਕੱਠਾ ਇਹਨਾਂ ਦਾ ਇੱਕ ਵਿਊ ਇਕੱਠਾ ਕਰਨਾ ਹੈ ਵੀ ਇਹਦੀ ਪਰਸੈਂਟੇਜ ਕੀ ਹੈ ਜਾਂ ਕਿੱਦਾਂ ਹੋਣਾ ਚਾਹੀਦਾ ਕੀ ਹੋ ਗਿਆ ਸਾਡੇ ਨਾਲ ਅਸੀਂ ਕਿਤੇ ਨਾ ਕਿਤੇ ਜਾ ਕੇ ਉਹ ਜਿਹੜਾ ਬੂਟਾ ਲਾਇਆ ਹੁੰਦਾ ਹੈ ਉਹ ਆਪ ਹੀ ਬੂਟਾ ਲਾ ਕੇ ਉਹਨੂੰ ਪਾਣੀ ਪਾਉਂਦੇ ਹਾਂ ਉਹਨੂੰ ਗੋਡੀ ਵੀ ਕਰਦੇ ਹਾਂ ਉਹਨੂੰ ਫੁੱਲਾਂ ਟਿਕਾਂ ਵੀ ਪਹੁੰਚਾਉਂਦੇ ਹਾਂ ਉਹਦੀ ਦੇਖ ਰੇਖ ਕਰਦੇ ਹਾਂ ਪਰ ਸਿੱਖ ਕੌਮ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਵੱਡੀ ਤਰਾਸਦੀ ਹੈ ਕਿ ਅਸੀਂ ਕਦੀ ਵੀ ਜਾਂ ਬਹੁਤ ਘੱਟ ਜਾਈਏ ਵੀ ਫਲ ਖਾਣ ਤੀਕ ਅਸੀਂ ਘੱਟ ਪਹੁੰਚੀਏ ਘੱਟ ਪਹੁੰਚੇ ਇਹ ਮਸਲਾ ਨਾ ਹੁਣ ਕੀ ਹੈ ਉਹ ਗੱਲ ਵਿੱਚ ਰੁਕ ਗਈ ਚੈਲੰਜ ਜਦੋਂ ਸਾਨੂੰ ਸਿੱਧਾ ਮਿਲਿਆ ਜੀ ਤੇ ਅਸੀਂ ਫਿਰ ਉਸ ਚੈਲੰਜ ਨੂੰ ਕਬੂਲ ਕੀਤਾ ਠੀਕ ਹੈ ਸਿੱਖ ਕੌਮ ਸੰਗਠਿਤ ਹੋਈ ਇੱਕ ਤਲ ਤੇ ਅਸੀਂ ਆਪਣੇ ਪ੍ਰਮਾਣਿਕ ਤਰੀਕੇ ਨਾਲ ਆਪਣੇ ਆਪ ਨੂੰ ਸਿੱਖ ਰਹਿਤ ਮਰਿਆਦਾ ਬਣੀ ਸਟੀਕ ਗੁਰਬਾਣੀ ਦੀ ਕਥਾ ਕਿਉਂਕਿ ਸ਼ਰਧਾ ਦੇ ਆਧਾਰ ਤੇ ਔਰ ਮਿਥਿਹਾਸ ਦੇ ਆਧਾਰ ਤੇ ਔਰ ਅੰਨੀ ਸ਼ਰਧਾ ਦਾ ਸ਼ਬਦ ਵੀ ਅਸੀਂ ਇਸਤੇਮਾਲ ਕਰ ਲਈਏ ਹੋਣੀ ਸ਼ੁਰੂ ਹੋ ਗਈ ਸੀ ਕਥਾ ਜਿਹਨੂੰ ਕਿ ਪਹਿਲੀ ਵਾਰੀ ਗ੍ਰੈਮਰ ਦੇ ਆਧਾਰ ਤੇ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਇਸ ਦੁਨੀਆ ਦੇ ਸਾਹਮਣੇ ਰੱਖਿਆ ਬਿਲਕੁਲ ਜਿਹੜੀ ਕਿ ਅੱਜ ਤੱਕ ਦੀ ਸਭ ਤੋਂ ਸਟੀਕ ਤੇ ਪ੍ਰਮਾਣਿਕ ਕਥਾ ਮੰਨੀ ਜਾਂਦੀ ਹੈ ਉਹ ਸਮਾਂ ਸੀ ਜਦੋਂ ਨਾ ਸਕੋਲਰ ਲੋਬੀ ਭਾਰੂ ਸੀ ਸਿੱਖ ਨੀਤੀਆਂ ਤੇ ਹੁਣ ਸਮਾਂ ਆ ਗਿਆ ਕਿ ਜਦੋਂ ਤੁਜਕ ਲਾਗੂ ਭਾਰੀ ਹੋ ਗਈ ਹੈ ਤੁਹਾਨੂੰ ਹੁਣ ਕਿਸੇ ਸਕੋਲਰ ਦਾ ਨਾਮ ਨਹੀਂ ਮਿਲੇਗਾ ਸਿੱਖ ਨੀਤੀ ਦੇ ਮਾਮਲੇ ਦੇ ਵਿੱਚ ਤੁਹਾਨੂੰ ਜਦੋਂ ਕੋਈ ਬਿਆਨ ਮਿਲੇਗਾ ਰਾਜਨੀਤਿਕ ਲੋਕਾਂ ਦੇ ਬਿਆਨ ਮਿਲਣਗੇ ਬਿਲਕੁਲ ਸਕੋਲਰ ਲੋਬੀ ਜਿਹੜੀ ਹੈ ਉਹਦਾ ਹਸ਼ਰ ਬਹੁਤ ਬੁਰਾ ਹੋਇਆ ਪਿਛਲੇ ਕੋਈ 20-25 ਸਾਲਾਂ 'ਚ ਤੇ ਅੱਜ ਵੀ ਹੋ ਰਿਹਾ ਵਿਦਵਾਨ ਲੋਬੀ ਦਾ ਔਰ ਜਿਹੜੀ ਵਿਦਵਾਨ ਲੋਬੀ ਅੱਜ ਐਕਟਿਵ ਹੈ ਨਾ ਉਹ ਵਿਦਵਾਨ ਲੋਬੀ ਨਹੀਂ ਹੈਗੀ ਐਕਚੁਅਲੀ ਤਰਕ ਕਰਨ ਨੂੰ ਵਿਦਵਤਾ ਨਹੀਂ ਕਹਿੰਦੇ ਬਿਲਕੁਲ ਤਰਕ ਦਾ ਭਾਵ ਵਿਦਵਤਾ ਤੋਂ ਨਹੀਂ ਹੁੰਦਾ ਕੋਈ ਵੀ ਤਰਕ ਤੇ ਕੋਈ ਵੀ ਕਰ ਦੇਗਾ ਨਕਾਰ ਦੇਣਾ ਕਿਸੇ ਚੀਜ਼ ਨੂੰ ਬੜਾ ਸੌਖਾ ਹੁੰਦਾ ਮੈਂ ਤੁਹਾਡੀ ਕਿਸੇ ਵੀ ਗੱਲ ਨੂੰ ਨਕਾਰ ਦਿਆਂਗਾ ਮੈਨੂੰ ਉਹਦੇ ਵਾਸਤੇ ਸਬੂਤ ਨਹੀਂ ਚਾਹੀਦਾ ਤੁਹਾਨੂੰ 100 ਸਬੂਤ ਲੱਭਣਾ ਪਵੇਗਾ ਆਪਣੇ ਆਪ ਨੂੰ ਸਕਾਰਾਤਮਕ ਤਰੀਕੇ ਨਾਲ ਸਿੱਧ ਕਰਨ ਦਾ ਦੇਖੋ ਜਿਹੜਾ ਹਮੇਸ਼ਾ ਜਿਹੜਾ ਸਵਾਲ ਸਵਾਲ ਕਰਤਾ ਹੁੰਦਾ ਉਹ ਦੁਖੀ ਹੈ ਦਿਲੋਂ ਅੰਦਰੋਂ ਤਾਂ ਹੀ ਸਵਾਲ ਕਰੇਗਾ ਨੋਰਮਲ ਜੀ ਗੱਲ ਆਪਣੇ ਕੋਲ ਟਾਈਮ ਥੋੜਾ ਰਹਿ ਰਿਹਾ ਲੇਕਿਨ ਆਪਾਂ ਗੱਲਾਂ ਬਹੁਤ ਜ਼ਿਆਦਾ ਜੇ ਕਰਨੀਆਂ ਨੇ ਇਹ ਗੱਲ ਬਹੁਤ ਹੀ ਜਿਹੜੀ ਆਪਣੇ ਸੁਣਨ ਵਿੱਚ ਵੀ ਆਉਂਦੀ ਹੈ ਜਾਂ ਆਪਾਂ ਨੇ ਆਪਣੀ ਜਿਹੜੇ ਸਿੱਖ ਧਰਮ ਦੀਆਂ ਕਈ ਅਸੀਂ ਸੰਪਰਦਾਵਾਂ ਨੇ ਉਹਨਾਂ ਨਾਲ ਜਦੋਂ ਗੱਲ ਕਰੀਏ ਤੇ ਉਹ ਗੱਲ ਇਹ ਕਹਿਣਗੇ ਨਹੀਂ ਜੀ ਇਹ ਜਿਹੜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਹ ਬੜੀ ਅਗਾਧ ਬੋਧ ਦੀ ਬਾਣੀ ਹੈ ਇਹਨੂੰ ਸਮਝਣਾ ਬਹੁਤ ਔਖਾ ਹੈ ਇਹ ਨਹੀਂ ਸਮਝੀ ਜਾ ਸਕਦੀ ਉਹ ਜਿਹੜੇ ਆਮ ਸੰਗਤ ਦੇ ਸੁਣਨ ਵਾਲੇ ਹੁੰਦੇ ਨੇ ਉਹਨਾਂ ਦੇ ਇੱਕ ਮਨ ਦੇ ਵਿੱਚ ਐਸੀ ਇਹ ਗੱਲ ਬੈਠ ਜਾਂਦੀ ਹੈ ਵੀ ਨਹੀਂ ਨਹੀਂ ਇਹ ਸਾਡੇ ਵੱਸ ਦਾ ਕੰਮ ਨਹੀਂ ਅਜੇ ਕਿ ਜਿਹੜੀ ਧੰਨ ਧੰਨ ਸ੍ਰੀ ਗੁਰੂ ਸਾਹਿਬ ਦੀ ਬਾਣੀ ਹੈ ਬਹੁਤ ਸਿੱਧੀ ਪਤਰੀ ਔਰ ਆਦਮੀ ਨੂੰ ਬਹੁਤ ਜ਼ਿਆਦਾ ਦਿਮਾਗ 'ਤੇ ਲੋੜ ਪਾਉਣ ਦੀ ਲੋੜ ਮੇਰੇ ਹਿਸਾਬ ਨਾਲ ਨਹੀਂ ਪੈਂਦੀ ਸਮਝ ਆਉਂਦੀ ਹੈ ਕਿ ਪਾਤਸ਼ਾਹ ਸਾਨੂੰ ਕੀ ਕਹਿ ਰਹੇ ਨੇ ਕੀ ਉਪਦੇਸ਼ ਦੇ ਰਹੇ ਨੇ ਕਿ ਐਸੀਆਂ ਗੱਲਾਂ ਕਰ ਕਰਕੇ ਅਸੀਂ ਸਾਡੇ ਵਿਦਵਾਨਾਂ ਨੇ ਸਾਡੇ ਪ੍ਰਚਾਰਕਾਂ ਨੇ ਜਾਂ ਸਾਡੀਆਂ ਸੰਪਰਦਾਵਾਂ ਵਾਲਿਆਂ ਨੇ ਸਾਨੂੰ ਥੋੜ੍ਹਾ ਜਿਹਾ ਗਾਹ ਜਾ ਕੇ ਵੀ ਪਿੱਛੇ ਤਾਂ ਨਹੀਂ ਕੀਤਾ ਇਹ ਪਿੱਛੇ ਹੀ ਕੀਤਾ ਇਹ ਤੁਹਾਡੇ ਸ਼ਬਦ ਬੜੇ ਯੋਗ ਨੇ ਜਿਹੜੇ ਤੁਸੀਂ ਵਰਤੇ ਨੇ ਕਿਉਂਕਿ ਹੋਇਆ ਕੀ ਹੈ ਹਮੇਸ਼ਾ ਜਿਹੜੀ ਇੱਕ ਧਾਰਮਿਕ ਸ਼੍ਰੇਣੀ ਹੈ ਨਾ ਜਿਹਨੇ ਕਬਜ਼ਾ ਕੀਤਾ ਹੋਇਆ ਉਹ ਕਦੇ ਵੀ ਨਹੀਂ ਚਾਹੁੰਦੀ ਕਿ ਇੱਕ ਆਮ ਜਿਹਨੂੰ ਅਸੀਂ ਜਨ ਸਧਾਰਨ ਕਹਿ ਦਿੰਦੇ ਹਾਂ ਉਹ ਧਰਮ ਦੀਆਂ ਗੱਲਾਂ ਨੂੰ ਸਮਝ ਸਕੇ ਕਿਉਂਕਿ ਜੇ ਜਨ ਸਧਾਰਨ ਧਰਮ ਦੀਆਂ ਗੱਲਾਂ ਨੂੰ ਸਮਝਣਾ ਸ਼ੁਰੂ ਕਰ ਦੇਵੇਗਾ ਆਰਾਮ ਨਾਲ ਫਿਰ ਜਿਹੜੀ ਧਾਰਮਿਕ ਲੋਬੀ ਹੈ ਉਹਦੀ ਕੀਮਤ ਖਤਮ ਹੋ ਜਾਂਦੀ ਹੈ ਸਮਝੇ ਨਾ ਬਿਲਕੁਲ ਆਪਣੀ ਕੀਮਤ ਨੂੰ ਸਥਾਪਿਤ ਰੱਖਣ ਵਾਸਤੇ ਤੇ ਚਲਾਏਮਾਨ ਰੱਖਣ ਵਾਸਤੇ ਉਹ ਚੀਜ਼ਾਂ ਨੂੰ ਬੜੇ ਹੀ ਗੁੰਝਲਦਾਰ ਢੰਗ ਨਾਲ ਪੇਸ਼ ਕਰਦੇ ਨੇ ਜਿਵੇਂ ਕਿ ਆਪਾਂ ਗੱਲ ਕਰ ਲਈਏ ਕਿ ਮੰਨ ਲਓ ਕਿ ਰਹਿਤ ਮਰਿਆਦਾ ਹਾਂਜੀ ਔਰ ਬੜਾ ਹੀ ਇੱਕ ਸਿਸਟਮ ਜਿਹਾ ਪੱਧਰਾ ਜਿਹਾ ਔਰ ਸਖਾਲ ਸਿਸਟਮ ਹੈ ਕਿ ਰਹਿਤ ਮਰਿਆਦਾ ਦਾ ਮਤਲਬ ਕੀ ਹੈ ਜਦੋਂ ਤੇ ਅਸੀਂ ਕਿਸੇ ਐਸੇ ਸੰਪਰਦਾ ਦੀ ਗੱਲ ਸੁਣਦੇ ਹਾਂ ਉਹ ਨਾ 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 ਅੰਮ੍ਰਿਤ ਨਹੀਂ ਛਕਣਾ ਖੰਡੇ ਦੀ ਪੌਲ ਨਹੀਂ ਪ੍ਰਾਪਤ ਕਰਨੀ ਕਿਉਂਕਿ ਜਿਹੜੀ ਰਹਿਤ ਮਰਿਆਦਾ ਇਹ ਸਾਡੇ ਕੋਲ ਰੱਖਣੀ ਹੋਣੀ ਉਹਨੂੰ ਇਸ ਤਰ੍ਹਾਂ ਹਊਆ ਬਣਾ ਕੇ ਪੇਸ਼ ਕਰਦੇ ਨੇ ਅਜੇ ਕੋਈ ਵੱਡੀ ਚੀਜ਼ ਨਹੀਂ ਹੈ ਰਹਿਤ ਮਰਿਆਦਾ ਦਾ ਅਸਲੀ ਮਤਲਬ ਕੀ ਹੋਈ ਹੈ ਨਿਜਮਾਵਲੀ ਨਿਯਮ ਦੇ ਨਾਲ ਚੱਲਣਾ ਉੱਠਣਾ ਬੈਠਣਾ ਸੌਣਾ ਤਰੀਕਾਕਾਰ ਕਰਨਾ ਬਾਣੀ ਪੜ੍ਹਨੀ ਗੁਰੂ ਉਸ ਅਕਾਲ ਪੁਰਖ ਨੂੰ ਯਾਦ ਕਰਨਾ ਬਹੁਤ ਸਿੰਪਲ ਜਿਹਾ ਤਰੀਕਾ ਔਰ ਸਿਖਾਉਣ ਜਿਹੜਾ ਤਰੀਕਾ ਲੇਕਿਨ ਅਸੀਂ ਉਹਨੂੰ ਇਸ ਤਰੀਕੇ ਨਾਲ ਪੇਸ਼ ਕਰਦੇ ਹਾਂ ਕਿ ਜਿਹੜੀ ਸਾਡੀ 80% ਸੰਗਤ ਹੈ ਉਹ ਖੰਡੇ ਦੀ ਪੋਲ ਲੈਣ ਤੋਂ ਹੀ ਜਿਹੜੀ ਹੈ ਨਾ ਉਹ ਨਾਬਰ ਹੋ ਜਾਂਦੀ ਹੈ ਕਿ ਨਹੀਂ ਇਹ ਕੰਮ ਬਹੁਤ ਔਖਾ ਸਾਡੇ ਕੋਲ ਹੋਣਾ ਨਹੀਂ ਇਹਦੇ ਬਾਰੇ ਇਸ ਤੋਂ ਪਹਿਲਾਂ ਕਿ ਮਤਲਬ ਸਮਾਂ ਉਖਾਲਾ ਕੀਤਾ ਜਾਵੇ ਉਹਨੂੰ ਸਿਖਾਉਣ ਕਰਕੇ ਪੇਸ਼ ਕੀਤਾ ਜਾਣਾ ਚਾਹੀਦਾ ਕਿ ਜਿਹੜੇ ਵੱਧ ਤੋਂ ਵੱਧ ਪ੍ਰਾਣੀ ਨੇ ਉਹ ਨਾਲ ਜੁੜ ਸਕਣ ਬਿਲਕੁਲ ਬਿਲਕੁਲ ਧਿਆਨ ਨਾਲ ਜਦੋਂ ਅਸੀਂ ਅੱਗੇ ਹੈ ਮੈਂ ਇੱਕ ਗੱਲ ਇੱਥੇ ਰੱਖਣੀ ਚਾਹਾਂਗਾ ਜੀ ਤੁਸੀਂ ਕਿੰਨੇ ਵੀ ਸੰਗਤ ਦੇ ਜਿੰਨੇ ਵੀ ਮੈਂਬਰਾਂ ਨੂੰ ਮਿਲੋ ਕਰੇ ਤੁਸੀਂ ਐਵਰੇਜ ਬਣਾਉਣੀ ਜੀ ਸੰਗਤ ਦੇ ਵਿੱਚੋਂ ਨਾ 10 ਸੰਗਤ ਦੇ ਮੈਂਬਰਾਂ ਨਾਲ ਗੱਲ ਕਰਨੀ ਜਾਂ ਤੁਸੀਂ ਆਪਣੇ 10 ਰਿਸ਼ਤੇਦਾਰਾਂ ਨਾਲ ਰਿਲੇਟਿਵ ਨਾਲ ਗੱਲ ਕਰ ਲੈਣੀ ਕਦੇ ਵੀ ਤੁਸੀਂ ਉਹਨਾਂ ਨੂੰ ਪੁੱਛਣਾ ਕਿ ਉਹਨਾਂ ਨੇ ਸਿੱਖ ਰਹਿਤ ਮਰਿਆਦਾ ਪੜ੍ਹੀ ਹੈ ਨਹੀਂ ਪੜ੍ਹੀ ਹੋਵੇ ਔਰ ਤੁਹਾਨੂੰ ਸ਼ਾਇਦ ਦਸਾਂ ਚੋਂ ਇੱਕ ਬੰਦਾ ਮਿਲ ਪਏ ਸ਼ਾਇਦ ਮਿਲੇ ਕੋਈ ਦਸਾਂ ਚੋਂ ਇੱਕ ਬੰਦਾ ਔਰ
ਜਦੋਂ ਉਹਨਾਂ ਨੇ ਪੜ੍ਹੀ ਨਹੀਂ ਪਤਾ ਹੀ ਨਹੀਂ ਲਿਖਿਆ ਕੀ ਹੈ ਤੇ ਫਿਰ ਉਹਨਾਂ ਨੂੰ ਕੋਈ ਵੀ ਹਵਾ ਪੇਸ਼ ਕਰ ਦਿੱਤਾ ਜਾਵੇ ਉਹਦੇ ਬਾਰੇ ਬਣਾ ਕੇ ਉਹਨੂੰ ਮੰਨ ਲੈਣਗੇ। ਸੋ ਇਹ ਵੀ ਇੱਕ ਬੜੀ ਵੱਡੀ ਤ੍ਰਾਸਦੀ ਹੈ। ਸਿੱਖ ਰਿਆਤ ਮਰਿਆਦਾ ਸਾਡੇ ਜੀਵਨ ਦਾ ਕੋਡ ਆਫ ਕੰਡਕਟ ਹੈਗਾ, ਅਸੀਂ ਉਹਦੇ ਬਾਰੇ ਜਾਣਦੇ ਨਹੀਂ। ਇੱਕ ਐਸ ਜੀ ਪੀ ਸੀ ਦੀ ਇਹ ਬੜੀ ਅੱਛੀ ਪਹਿਲ ਹੈ ਕਿ ਉਹਨਾਂ ਨੇ ਉਹਨੂੰ ਭੇਟਾ ਰਹਿਤ ਵੰਡਿਆ ਹੋਇਆ। ਔਰ ਹਰਿਮੰਦਰ ਸਾਹਿਬ ਕਿਹੜਾ ਸਿੱਖ ਜਿਹੜਾ ਹਰਿਮੰਦਰ ਸਾਹਿਬ ਦੇ ਦਰਸ਼ਨ ਨਹੀਂ ਕਰਦਾ? ਔਰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲੱਗੇ ਹਾਂ, ਉਹਨਾਂ ਦਾ ਜਿਹੜਾ ਉੱਥੇ ਲਿਟਰੇਚਰ ਹਾਊਸ ਹੈ ਉੱਥੋਂ ਫ੍ਰੀ, ਕਿੰਨੀ ਨਹੀਂ ਉਹਨਾਂ ਨੂੰ ਕਹੋ ਕਿ 10 ਕਾਪੀਆਂ ਚਾਹੀਦੀਆਂ, 10 ਦੇ ਦਿੰਦੇ ਨੇ ਕਿਉਂਕਿ ਉਹ ਫ੍ਰੀ ਹੈਗੀ ਹੈ ਔਰ ਜਾਣੀ ਚਾਹੀਦੀ। ਹਰ ਸਿੱਖ ਦੇ ਘਰ 'ਚ ਇੱਕ ਰਿਆਤ ਮਰਿਆਦਾ ਦੀ ਕਾਪੀ ਹੋਣੀ ਚਾਹੀਦੀ ਹੈ, ਪਰ ਉਹ ਪੜ੍ਹਦਾ ਨਹੀਂ। ਬਿਲਕੁਲ, ਇੱਥੇ ਤੁਸੀਂ ਬੜੀ ਗੱਲ ਜਿਹੜੀ ਪਾਇਦਾਰ ਕੀਤੀ ਹੈ ਕਿ ਸਾਡਾ ਹਰ ਸਿੱਖ ਭਾਵੇਂ ਬਾਹਰੋਂ ਜਾਵੇ, ਹਾਂਜੀ, ਉਹਨੇ ਜਾਤੀ ਕਾ ਆਪਣਾ ਦਰਬਾਰ ਸਾਹਿਬ ਮੱਥਾ ਨਹੀਂ ਟੇਕਿਆ, ਸਮਰਪਿਤ ਨਹੀਂ ਮਾਰ ਗੁਰੂਮਾਜ ਰਾਜ ਹੋਏ, ਉਹਨੇ ਕਹਿਣਾ ਮੇਰੀ ਜਿਹੜੀ ਯਾਤਰਾ ਹੈ ਸਫਲ ਨਹੀਂ ਹੋਈ। ਦਰਸ਼ਕਾਂ ਨਾਲ ਬੜੀ ਸੁਨੀਮਰ ਬੇਨਤੀ ਕਰ ਰਹੇ ਹਾਂ ਕਿ ਸਾਡਾ ਮਤਲਬ ਇਹ ਨਹੀਂ ਕਿਸੇ ਦੇ ਦਿਲ ਦਿਖਾਉਣ ਦੀ ਕੋਸ਼ਿਸ਼ ਨਹੀਂ ਹੈ, ਅਸੀਂ ਗੱਲ ਕਰਨੀ ਹੈ ਗੁਰਬਾਣੀ ਦੀ। ਗੁਰਬਾਣੀ ਕੀ ਕਹਿ ਰਹੀ ਵੀ ਪੂਰਾ ਸਹੀ ਤਰੀਕੇ ਨਾਲ ਅਸੀਂ ਗੁਰਬਾਣੀ ਨੂੰ ਕਿਵੇਂ ਸਮਰਪਿਤ ਹੋਣਾ, ਪੂਰਨ ਤੌਰ 'ਤੇ ਗੁਰਬਾਣੀ ਦਾ ਸਤਿਕਾਰ ਕੀ ਹੈ। ਸਾਡੇ ਰਾਗੀ ਢੱਡ ਵੀ ਐਸੇ ਨੇ ਭਾਈ ਸਾਹਿਬ ਜੀ ਜਿਹੜੇ ਮਤਲਬ ਜਿਹੜੀ ਗੱਲ ਜਿਹੜੀ ਪੰਕਤੀ ਉਹਨਾਂ ਦੇ ਹਿਸਾਬ ਦੇ ਨਾਲ ਢੁੱਕਦੀ ਹੈ, ਉਹ ਉੱਥੋਂ ਦੀ ਗੱਲ ਪੜ੍ਹ ਦਿੰਦੇ ਨੇ, ਉਹ ਤੋਂ ਬਾਅਦ ਜਦੋਂ ਗੱਲ ਨਹੀਂ ਕਰਦੇ ਵੀ ਆਪਾਂ ਗੱਲ ਕਰਦੇ ਹਾਂ ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਅਗਲੀ ਜਿਹੜੀ ਪੰਕਤੀ ਹੁੰਦੀ ਹੈ ਤੀਰਥ ਸ਼ਬਦ ਵਿਚਾਰ ਅੰਤਰ ਧਿਆਨ ਹੈ, ਉਹ ਜੀ ਉਹ ਜਿਹੜੀ ਪੰਕਤੀ ਉਹ ਪੜ੍ਹਦੇ ਨਹੀਂ। ਹਾਂ, ਦਰਸ਼ਨ ਕਰਨੇ ਚਾਹੀਦੇ ਨੇ, ਸਾਡਾ ਇਹ ਫਰਜ਼ ਬਣਦਾ। ਉਹ ਫਲਾਸਫਾ ਉਹ ਹਿਸਟਰੀ ਉਹ ਤੱਤ ਦੇਖੇ ਜਾਣ ਜਿੱਥੇ ਸਾਡੇ ਗੁਰੂਆਂ ਨੇ ਕੁਛ ਕੀਤਾ, ਘਟਨਾ ਕੀਤੀ, ਉਹ ਇੱਕ ਮਕਸਦ ਇੱਕ ਸੇਧ ਦੇਣ ਵਾਸਤੇ ਜ਼ਰੂਰ ਹੈਗੇ ਨੇ, ਉਹਦੇ ਸ਼ਬਦ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਉਹ ਨਾਲ ਤੁਸੀਂ ਗੱਲ ਕਰਦੇ ਗਏ ਸੀ ਕਿ ਅੰਨੀ ਸ਼ਰਧਾ ਔਰ ਸ਼ਰਧਾ ਵੀ ਆਪਾਂ ਕਈ ਐਸੇ ਲਫ਼ਜ਼ ਨੇ ਜਾਂ ਜਿਹੜੀਆਂ ਗੱਲਾਂ ਨੇ ਉਹ ਵਿਚਾਰਾਂ ਦੇ ਵਿੱਚੋਂ ਨਿਕਲਦੀਆਂ ਨੇ ਵੀ ਆਪਣੇ ਪਹਿਲੋਂ ਪਹਿਲੋਂ ਸ਼ਾਇਦ ਕਈਆਂ ਕਈਆਂ ਇਲਾਕਿਆਂ 'ਚ ਇੰਡੀਆ 'ਚ ਮਹਾਨ ਭਾਰਤ ਵਿੱਚ ਅੱਜ ਵੀ ਉਹ ਚੱਲਦੇ ਨੇ, ਸ਼ਾਇਦ ਆਪਾਂ ਜਿਹਨੂੰ ਸ਼ਰਾਧ ਕਹਿ ਲੈਂਦੇ ਹਾਂ, ਸ਼ਰਾਧਾਂ ਦੇ ਵੱਸ ਹੋ ਕੇ, ਜਿਹਨੇ ਕਹਿਣ ਦਾ ਮਤਲਬ ਵੀ ਆਪਣੇ ਪੁਰਖਿਆਂ ਨੂੰ ਜਿਹੜੇ ਕਿ ਪਤਾ ਨਹੀਂ ਕਰਦੇ ਉਹ ਮਰਮੁੱਖ, ਉਹਨਾਂ ਨੂੰ ਅੱਜ ਰੋਟੀ ਖਵਾਉਣਗੇ ਤਾਂ ਉੱਥੋਂ ਜਾ ਕੇ ਅੱਗੇ ਉਹਨਾਂ ਨੂੰ ਮਿਲੇਗੀ, ਜੋ ਅੱਜ ਉੱਥੋਂ ਦੇਣਗੇ ਤਾਂ 10 ਗੁਣਾ ਗਾਂ ਮਿਲੇਗੀ। ਯਾਨੀ ਸ਼ਰਧਾ ਦੇ ਵੱਸ ਹੋ ਕੇ ਉਹਨਾਂ ਉਸ ਜਿਹੜਾ ਵਿਹਲਣ ਵਾਲਾ ਮੈਂ ਕਹਾਂਗਾ ਉਹਨਾਂ ਨੂੰ ਜ਼ਰੂਰ ਉਹਨਾਂ ਨੂੰ ਖਵਾ ਰਿਹਾ ਆਪਣੀ ਹੱਡ ਭੰਨ ਦੀ ਮਿਹਨਤ, ਉਹ ਜਿਹੜੀ ਉਹਨਾਂ ਦੀ ਸ਼ਰਧਾ ਦੇ ਵੱਸ ਹੋ ਕੇ ਉਹਨਾਂ ਨੂੰ ਰੋਟੀ ਪਾਣੀ ਲੀੜਾ ਕੱਪੜਾ ਪੈਸਾ ਟੱਕਾ ਜੋ ਵੀ ਦਿੱਤਾ ਗਿਆ ਸੀ, ਜੇ ਉਹਨਾਂ ਨੂੰ ਉਹਨਾਂ ਮਹੰਤਾਂ ਦੀ ਜਾਂ ਉਹਨਾਂ ਸਾਧਾਂ ਦੀ ਆਪਾਂ ਗੱਲ ਕਰ ਲਈਏ ਵੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਇਹ ਜਿਹੜਾ ਇੱਕ ਇਨਸਾਨ ਹੈ ਇਹ ਆਪਣੀ ਦਿਹਾੜੀ ਦੀ ਮਿਹਨਤ ਕਰਕੇ ਤਾਂ ਸਾਡੇ ਸਾਨੂੰ ਦੇ ਰਿਹਾ ਵੀ ਮਤਲਬ ਸਾਡਾ ਫਰਜ਼ ਨਹੀਂ ਬਣਦਾ, ਕਿਉਂ ਉਹ ਤਾਂ ਚਾਹੁੰਦੇ ਸੀ ਕਿ ਅਗਰ ਇਸ ਲਾਣੇ ਨੂੰ ਪਤਾ ਨਾ ਲੱਗੇ, ਅਗਰ ਇਹਨੂੰ ਪਤਾ ਲੱਗ ਗਿਆ ਸਹੀ ਚੀਜ਼ ਦਾ ਤਾਂ ਇਹਨਾਂ ਨੇ ਸਾਡੀ ਜਿਹੜੀ ਸੇਵਾ ਕਰਨੀ ਹੈ ਇਹ ਉਹਨਾਂ ਹਟ ਜਾਣਾ। ਅਤੇ ਸ਼ਾਇਦ ਇਹੋ ਜਿਹੀਆਂ ਚੀਜ਼ਾਂ ਤੋਂ ਹੀ ਜਿਹੜੇ ਜਿਵੇਂ ਸਰਾਧ ਸੀ ਇਹ ਸ਼ਰਧਾ ਦੇ ਵਾਸੂ ਕੇ ਕੀਤਾ ਗਿਆ ਕੰਮ ਦਾ ਨਾਂ ਜਿਹੜਾ ਉਹ ਸਰਾਧ ਪੈ ਗਿਆ। ਇਹ ਗੱਲ ਦੂਜੀ ਗੱਲ ਜੇ ਆਪਾਂ ਕਰ ਲਈਏ ਵੀ ਆਪਾਂ ਹੁਣ ਇੱਕ ਮ੍ਰਿਤੂ ਹੋ ਜਾਂਦੀ ਘਰ ਦੇ ਵਿੱਚ, ਆਪਾਂ ਅੱਜ ਵੀ ਦੇਖਦੇ ਹਾਂ ਅੱਜ ਵੀ ਸਿੱਖ ਕੌਮ ਦੇ ਬਹੁਤ ਘਰਾਂ ਦੇ ਵਿੱਚ ਸਾਲ ਬਾਅਦ ਜੀ ਕਹਿੰਦੇ ਨੇ ਵਰੀਨਾ, ਅਸਲੀ ਜਿਹੜਾ ਵਰੀਨਾ ਦਾ ਮਤਲਬ ਦੋ ਅੱਖਰਾਂ ਦਾ ਜਿਹੜਾ ਉਹ ਸ਼ਬਦ ਨੇ ਇਕੱਠੇ ਕੀਤੇ ਨੇ ਵਰੇ ਬਾਅਦ ਰੋਣਾ, ਅਜੇ ਕਿ ਜੋ ਸਿੱਖੀ ਸਿਧਾਂਤ ਦਾ ਕੋਈ ਮਤਲਬ ਨਹੀਂ ਰੱਖਦਾ ਕਿ ਵਰੀਨੇ ਦਾ ਮਤਲਬ ਕੋਈ ਲੈਣ ਦੇਣ ਨਹੀਂ ਹੈ। ਹੋਰ ਭਾਈ ਸਾਹਿਬ ਆਪਣੇ ਕੋਲ ਟਾਈਮ ਬਹੁਤ ਥੋੜ੍ਹਾ ਰਹਿ ਗਿਆ, ਆਪਾਂ ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਜਿੱਥੇ ਅਸੀਂ ਗੁਰਦੁਆਰਿਆਂ ਵਿੱਚ ਇਤਿਹਾਸਿਕ ਗੁਰਦੁਆਰਿਆਂ ਵਿੱਚ ਜਾਂ ਕਿਸੇ ਜਗ੍ਹਾ 'ਤੇ ਸਾਡਾ ਬਹੁਤ ਹੀ ਫਰਜ਼ ਬਣਦਾ, ਅਸੀਂ ਪਾਤਸ਼ਾਹ ਨੂੰ ਰੁਮਾਲੇ ਸਾਹਿਬ ਚੜ੍ਹਾਉਂਦੇ, ਕੜਾ ਪ੍ਰਸ਼ਾਦ ਦੀਆਂ ਦੇਗਾਂ ਕਰਾਉਣੀ, ਲੰਗਰ ਵੀ ਕਰਾਉਣੇ। ਬਹੁਤ ਹੀ ਅੱਛੀ ਗੱਲ ਹੈ ਕਿ ਮਤਲਬ ਅਸੀਂ ਕਈ ਵਾਰ ਵੇਖਦੇ ਹਾਂ ਕਿ ਉਹ ਮਹਾਰਾਜ ਦੇ ਜਿਹੜੇ ਨੇ ਪੀੜਾ ਸਾਹਿਬ ਨੇ ਉਹਨਾਂ ਨੂੰ ਜਿਹੜੀਆਂ ਬੀਬੀਆਂ ਨੇ ਜਾ ਕੇ ਉਹ ਮੁੱਠੀ ਝੱਕ ਵੀ ਕਰ ਰਹੀਆਂ ਹੁੰਦੀਆਂ ਨੇ, ਦੀਵੇ ਬੱਤੀਆਂ ਵੀ ਜਗਦੀਆਂ ਨੇ ਜਗਦੇ ਨੇ। ਸਤਿਕਾਰ ਠੀਕ ਹੈ, ਰੁਮਾਲੇ ਕਰਾਉਣਾ ਸਤਿਕਾਰ ਜ਼ਰੂਰ ਹੈ, ਲੰਗਰ ਕਰਾਉਣੇ ਛਕਣੇ ਸਤਿਕਾਰ ਹੈ, ਸਾਡੇ ਗੁਰੂ ਦੀ ਮਰਿਆਦਾ ਹੈ, ਸਾਡਾ ਦਿੱਤਾ ਹੋਇਆ ਫਲਸਫਾ ਹੈ, ਸਾਡਾ ਉਹ ਸਿਧਾਂਤ ਹੈ, ਸਤਿਕਾਰ ਜ਼ਰੂਰ ਹੈ। ਪਰ ਪੂਰਨ ਸਤਿਕਾਰ ਜਿਹੜਾ ਉਹਨੂੰ ਤੁਸੀਂ ਕੀ ਕਹੋਗੇ ਵੀ ਉਹ ਕਿਸ ਹਿਸਾਬ ਨਾਲ ਜਿਹੜਾ ਗੁਰਬਾਣੀ ਦਾ ਜਿਹੜਾ ਪੂਰਨ ਸਤਿਕਾਰ ਹੈ ਉਹ ਕਿਸ ਹਿਸਾਬ ਨਾਲ ਕਰਨਾ ਚਾਹੀਦਾ? ਦੇਖਣਾ ਪਏਗਾ ਕਿ ਜਦੋਂ ਅਸੀਂ ਕੋਈ ਕਰਮ ਕਰਦੇ ਹਾਂ ਨਾ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਰੁਮਾਲਾ ਸਾਹਿਬ ਚੜ੍ਹਾਉਂਦੇ ਹਾਂ ਜਾਂ ਅਸੀਂ ਮੁੱਠੀ ਚਾਪੀ ਕਰਦੇ ਹਾਂ ਜਾਂ ਜੋ ਵੀ ਹੈ, ਮਕਸਦ ਕੀ ਹੈ ਸਾਡਾ ਉਹਦੇ ਪਿੱਛੇ? ਜੇ ਅਸੀਂ ਗੁਰੂ ਨੂੰ ਖੁਸ਼ ਕਰਨਾ ਚਾਹੁੰਦੇ ਹਾਂ ਉਹਦੇ ਦੁਆਰਾ ਜੀ, ਅਸੀਂ ਗੁਰੂ ਨੂੰ ਪ੍ਰਸੰਨ ਕਰਨਾ ਚਾਹੁੰਦੇ ਹਾਂ ਉਹਦੇ ਦੁਆਰਾ, ਜੇ ਅਸੀਂ ਸੋਚਦੇ ਹਾਂ ਕਿ ਅਸੀਂ ਕੋਈ ਬਹੁਤ ਮਹਿੰਗਾ ਰੁਮਾਲਾ ਸਾਹਿਬ ਲੈ ਕੇ ਜਾਂ ਕੋਈ ਮਹਿੰਗਾ ਪਦਾਰਥ ਸਮਾਨ ਲੈ ਕੇ ਗੁਰੂ ਸਾਹਿਬ ਨੂੰ ਚੜ੍ਹਾ ਕੇ ਗੁਰੂ ਨੂੰ ਖੁਸ਼ ਕਰ ਲਵਾਂਗੇ, ਤਾਂ ਇਹਦਾ ਭਾਵ ਇਹ ਹੁੰਦਾ ਹੈ ਕਿ ਅਸੀਂ ਪੈਸਾ ਖਰਚ ਕੇ ਗੁਰੂ ਨੂੰ ਖੁਸ਼ ਕਰ ਸਕਦੇ ਹਾਂ? ਬਿਲਕੁਲ ਬਿਲਕੁਲ, ਹਾਂਜੀ, ਇਸ ਤਰ੍ਹਾਂ ਹੈ ਨਹੀਂ, ਇਸ ਤਰ੍ਹਾਂ ਹੈ, ਬਿਲਕੁਲ ਇਸ ਤਰ੍ਹਾਂ ਹੈ ਨਹੀਂ। ਫਿਰ ਦੂਜੀ ਗੱਲ ਬਣ ਰਹੀ ਹੈ ਕਿ ਫਿਰ ਅਸੀਂ ਆਪਣੇ ਆਪ ਨੂੰ ਖੁਸ਼ ਕਰਦੇ ਹਾਂ,
ਮੇਰੇ ਦੁਆਰਾ ਬਿਲਕੁਲ ਗੁਰੂ ਨੂੰ ਤਾਂ ਅਸੀਂ ਇਸ ਤਰ੍ਹਾਂ ਖੁਸ਼ ਨਹੀਂ ਕਰ ਸਕਦੇ ਕਿ ਗੁਰੂ ਸਾਡੀ ਜਿਹੜੀ ਪਦਾਰਥ ਤੋਂ ਖੁਸ਼ ਆਪਾਂ ਗੁਰੂ ਨੂੰ ਕਰ ਨਹੀਂ ਸਕਦੇ ਗੁਰੂ ਉਸ ਅਸੀਂ ਜੇ ਇਸ ਤਰ੍ਹਾਂ ਸੋਚਦੇ ਹਾਂ ਤੇ ਅਸੀਂ ਗੁਰੂ ਨੂੰ ਆਪਣੇ ਲੈਵਲ ਤੇ ਖਿੱਚ ਕੇ ਲੈ ਆਉਂਦਾ ਫਿਰ ਖਿੱਚ ਕੇ ਬਿਲਕੁਲ ਆਪਣੇ ਨਿੱਜੀ ਲੈਵਲ ਤੇ ਕਿ ਤੁਸੀਂ ਵੀ ਇੱਥੇ ਬੈਠੋ ਸਾਡੇ ਨਾਲ ਪਰ ਇਹਦਾ ਮਤਲਬ ਜੀ ਉਹ ਤਾਂ ਹੁੰਦਾ ਨਹੀਂ ਉਹਦਾ ਪੋਸੀਬਿਲਿਟੀ ਨਹੀਂ ਗੁਰੂ ਪਦਾਰਥ ਤੋਂ ਖੁਸ਼ ਨਹੀਂ ਹੋ ਸਕਦਾ ਗੁਰਬਾਣੀ ਦਾ ਬੜਾ ਪਿਆਰਾ ਵਚਨ ਹੈ ਕੰਚਨ ਸਿਉ ਪਾਈਆ ਨਹੀਂ ਤੋਲ ਸੋਨੇ ਦੇ ਮੁੱਲ ਨਹੀਂ ਲਿਆ ਮਨ ਦੇ ਰਾਮ ਲਿਆ ਹੈ ਇਹ ਆਪਣਾ ਆਪਾ ਸਮਰਪਿਤ ਕੀਤਾ ਸੋਨੇ ਦੇ ਭਾਅ ਨਹੀਂ ਲਿਆ ਪਰਮਾਤਮਾ ਨੂੰ ਵੀਰ ਜੀ ਸੋ ਦੂਜੀ ਗੱਲ ਆਉਂਦੀ ਕਿ ਫਿਰ ਕਿਉਂ ਫਿਰ ਅਸੀਂ ਸ਼ਾਇਦ ਆਪਣੇ ਆਪ ਨੂੰ ਖੁਸ਼ ਕਰਨਾ ਚਾਹੁੰਦੇ ਉਹਦੇ ਨਾਲ ਸਾਨੂੰ ਨਿੱਜੀ ਤਸੱਲੀ ਹੁੰਦੀ ਹੋਏਗੀ ਮਹਿੰਗਾ ਕੁਛ ਗੁਰੂ ਮਹਾਰਾਜ ਨੂੰ ਭੇਟਾ ਕਰਕੇ ਭੇਟਾ ਕਰਨਾ ਚਾਹੀਦਾ ਗੁਰੂ ਮਹਾਰਾਜ ਸਾਡੇ ਦਿੱਤੇ ਗਏ ਪਦਾਰਥਾਂ ਦੇ ਮੁਹਤਾਜ ਨਹੀਂ ਹੈਗੇ ਉਹ ਕਦੇ ਵੀ ਨਹੀਂ ਸਨ ਉਹ ਕਦੇ ਵੀ ਨਹੀਂ ਹੋਣਗੇ ਅਸੀਂ ਆਪਣੇ ਆਪ ਨੂੰ ਖੁਸ਼ ਕਰਨਾ ਚਾਹੁੰਦੇ ਹਾਂ ਡੂੰਗੀ ਸਾਈਕੀ ਦੇ ਵਿੱਚ ਤੁਸੀਂ ਜਾਓਗੇ ਨਾ ਮਨੋ ਵਿਗਿਆਨ ਦੇ ਵਿੱਚ ਤੁਸੀਂ ਦੇਖੋਗੇ ਕਿ ਅਸੀਂ ਆਪਣੇ ਆਪ ਨੂੰ ਰੁਮਾਲਾ ਚੜਾ ਕੇ ਸਾਨੂੰ ਖੁਸ਼ੀ ਹੁੰਦੀ ਹੈ ਸਾਨੂੰ ਖੁਸ਼ੀ ਹੋ ਰਹੀ ਹੈ ਮੁੱਠੀ ਚਾਪੇ ਕਰਕੇ ਸਾਨੂੰ ਗੁਰੂ ਮਹਾਰਾਜ ਨੂੰ ਅਸੀਂ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਖੁਸ਼ੀ ਸਾਨੂੰ ਹੋ ਰਹੀ ਹੈ ਸੋ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਗੁਰੂ ਮਹਾਰਾਜ ਨੂੰ ਪ੍ਰਸੰਨ ਕਰਨਾ ਹੈ ਆਪਣੇ ਆਪ ਨੂੰ ਨਹੀਂ ਬਿਲਕੁਲ ਬਿਲਕੁਲ ਜਿੱਥੇ ਗੁਰੂ ਮਹਾਰਾਜ ਕਿੱਦਾਂ ਪ੍ਰਸੰਨ ਹੁੰਦੇ ਨੇ ਇਹਦੇ ਵਾਸਤੇ ਸਾਨੂੰ ਗੁਰਬਾਣੀ ਦਾ ਅਧਿਐਨ ਕਰਨਾ ਪਏਗਾ ਅਧਿਐਨ ਕਰਨਾ ਪਏਗਾ ਜਿੱਥੇ ਬਾਣੀ ਅਸੀਂ ਪੜ੍ਹਨੀ ਹੈ ਸੁਣਨੀ ਹੈ ਉਹਦੀ ਜਿਹੜੀ ਵਿਚਾਰ ਹੈ ਜੀਵਨ ਜਾਂਚ ਜੀਵਨ ਜਾਂਚ ਨਾਲ ਜੁੜਨਾ ਗੁਰੂ ਦੀ ਜੀਵਨ ਜਾਂਚ ਜੋ ਦੱਸ ਰਹੇ ਨੇ ਉਹ ਸਾਨੂੰ ਅਡਾਪਟ ਕਰਨੀ ਪਏਗੀ ਗੁਰੂ ਫਿਰ ਪ੍ਰਸੰਨ ਹੋਣਗੇ ਗੁਰੂ ਮਹਾਰਾਜ ਸਾਡੇ ਵੱਲੋਂ ਦਿੱਤੇ ਗਏ ਪਦਾਰਥਾਂ ਨਾਲ ਪ੍ਰਸੰਨ ਨਹੀਂ ਹੁੰਦੇ ਆਪਾਂ ਦੇਖੋ ਜ਼ਿਮੀਦਾਰ ਤਬਕੇ ਨਾਲ ਸੰਬੰਧਿਤ ਆ ਪੰਜਾਬੀ ਖਾਸ ਕਰਕੇ ਸਾਡਾ ਐਜ ਏ ਬਿਜ਼ਨਸ ਆਪਾਂ ਕਹਿ ਰਹੀ ਜਾਂ ਇੰਡਸਟਰੀਅਲ ਕਿੱਤਾ ਹੀ ਇਹੋ ਹੈ ਕਿ ਜ਼ਿਮੀਦਾਰੀ ਨਾਲ ਖੇਤੀਬਾੜੀ ਨਾਲ ਸੰਬੰਧਿਤ ਹੈ ਹੁਣ ਇੱਕ ਜਿਹੜਾ ਕਿਸਾਨ ਹੈ ਉਹ ਮਤਲਬ ਇੱਕ ਬੰਦੇ ਨੂੰ ਕਹਿ ਰਿਹਾ ਕਿ ਇਹ ਜਿਹੜਾ ਮੇਰਾ ਉਹਦਾ ਕਿੱਲਾ ਹੈ ਉਹ ਹੁੰਦਾ ਤੇ ਇੱਕ ਕਿੱਲਾ ਤੇ ਦੋ ਕਨਾਲ ਦਾ ਲੇਕਿਨ ਉਹ ਗੋਡੀ ਕਰਨ ਵਾਲਾ ਹੈ ਉਹਨੂੰ ਜਦੋਂ ਪੈਸੇ ਦੇਣ ਲੱਗਦਾ ਤੇ ਉਹਨੂੰ ਦਿੰਦਾ ਉਹ ਕਿੱਲੇ ਦੇ ਹੁਣ ਉਹ ਗਰੀਬ ਆਦਮੀ ਹੈ ਉਹ ਜਾ ਕੇ ਫੀਤਾ ਫੜ ਕੇ ਜਾਂ ਪਲਾਂਗਾ ਮਾਰ ਕੇ ਉਹ ਮਿਹਨਤ ਜਿਹੜਾ ਖੇਤ ਉਹ ਮਿਹਨੇਗਾ ਨਹੀਂ ਔਰ ਉਹੀ ਕਿਸਾਨ ਉਹੀ ਜੱਟ ਜਦੋਂ ਗੁਰਦੁਆਰੇ ਜਾਵੇਗਾ ਉਹ ਜਾ ਕੇ ਕਥਾ ਵਾਸ਼ ਨੂੰ ਪੈਸੇ ਵੀ ਦੇਵੇਗਾ ਜਾ ਕੇ ਅਰਦਾਸ ਵੀ ਕਰਵਾਵੇਗਾ ਲੰਗਰ ਵੀ ਲਵਾਵੇਗਾ ਕੜਾਹ ਪ੍ਰਸ਼ਾਦ ਦੀ ਦੇਗ ਵੀ ਕਰਵਾਵੇਗਾ ਪਰ ਇਹ ਨਹੀਂ ਸੋਚਦਾ ਕਿ ਮੈਂ ਉਸ ਗਰੀਬ ਦਾ ਹੱਕ ਮਾਰ ਕੇ ਇਸ ਨੂੰ ਖੁਸ਼ ਕਰਨਾ ਚਾਹੁੰਦਾ ਹਾਂ ਕੀ ਗੱਲ ਇਹਦਾ ਪਾਤਸ਼ਾਹ ਖੁਸ਼ ਹੁੰਦੇ ਕੀ ਹੈ ਕਿ ਸਾਡਾ ਇਤਿਹਾਸ ਬੜਾ ਪਿਆਰਾ ਹੈ ਮਲਕ ਭਾਗੂ ਨੂੰ ਗੁਰੂ ਮਹਾਰਾਜ ਨੇ ਰੱਦ ਕਰ ਦਿੱਤਾ ਉਹਨਾਂ ਕਿਹਾ ਸਾਨੂੰ ਨਹੀਂ ਚਾਹੀਦਾ ਸਾਨੂੰ ਤੇਰੀ ਰੋਟੀ ਤੇਰਾ ਯੱਗ ਇਹ ਸ਼ਕਤੀ ਪਦਾਰਥ ਜੋ ਖਾਣੇ ਨੇ ਸਾਨੂੰ ਨਹੀਂ ਚਾਹੀਦੇ ਅਸੀਂ ਉਹ ਸਾਖੀਆਂ ਪੜ੍ਹਦੇ ਵੀ ਹਾਂ ਸੁਣਦੇ ਵੀ ਹਾਂ ਖੁਸ਼ ਵੀ ਹੁੰਦੇ ਹਾਂ ਅਸੀਂ ਕਹਿੰਦੇ ਹਾਂ ਦੇਖੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਹਿੰਮਤ ਸੱਚ ਬੋਲਣ ਦੀ ਜ਼ਰੂਰਤ ਪਰ ਜਦੋਂ ਸਾਡੇ ਜੀਵਨ 'ਚੋਂ ਘਟਨਾਵਾਂ ਘਟ ਰਹੀਆਂ ਨੇ ਸਾਨੂੰ ਪਤਾ ਨਹੀਂ ਚੱਲਦਾ ਕਿ ਅਸੀਂ ਕਰਦੇ ਹੋਏ ਕੁਛ ਰਹੇ ਹਾਂ ਅੱਜ ਥਾਂ ਤਾਂ ਮੁਲਕ ਭਾਗੂ ਬੈਠੇ ਬਿਲਕੁਲ ਬਿਲਕੁਲ ਔਰ ਗੁਰੂ ਮਹਾਰਾਜ ਉਹਨੂੰ ਰੱਦ ਕਰ ਚੁੱਕੇ ਨੇ ਆਲਰੇਡੀ ਅੱਜ ਅਸੀਂ ਜੇ ਐਕਸੈਪਟ ਕਰ ਰਹੇ ਹਾਂ ਤੇ ਅਸੀਂ ਸਾਹਿਬ ਜਿਹੜਾ ਆਪਣਾ ਆਪਣੇ ਕੀਮਤੀ ਸਿਧਾਂਤਾਂ ਤੇ ਸੱਟ ਮਾਰ ਰਹੇ ਹਾਂ ਸੋ ਇਹ ਤਰਸਦੀ ਬਿਲਕੁਲ ਤਰਸਦੀ ਕਹਿ ਸਕਦੇ ਹਾਂ ਹੁਣ ਜਦੋਂ ਗੱਲ ਕਰਦੇ ਹਾਂ ਜਦੋਂ ਪਾਤਸ਼ਾਹ ਨੇ ਇਹ ਗੱਲ ਕਹੀ ਕਿ ਪਾਪ ਦੀ ਜੰਜ ਦਾ ਕਾਬਲਤਾ ਹੈ ਜੋਰੀ ਮੰਗੇ ਦਾਨ ਮਿਲ ਔਰ ਉਹ ਐਸਾ ਇੱਕ ਟਾਈਮ ਸੀ ਜਦੋਂ ਕੋਈ ਬੰਦਾ ਆਮ ਇਨਸਾਨ ਬੋਲਣ ਦੀ ਜ਼ਰੂਰਤ ਨਹੀਂ ਸੀ ਰੱਖਦਾ ਜਦੋਂ ਉਸ ਬਾਦਸ਼ਾਹ ਦੇ ਸਾਹਮਣੇ ਇੰਨੀ ਜ਼ਰੂਰਤ ਨਾਲ ਗੱਲ ਕਰਨ ਦੀ ਜੇ ਅਸੀਂ ਉਸ ਪਾਤਸ਼ਾਹ ਨੂੰ ਅਸੀਂ ਸਮਰਪਿਤ ਹੈ ਜੇ ਅਸੀਂ ਉਹ ਸ਼ਬਦ ਗੁਰੂ ਉਸ ਨਾਲ ਲੱਗੇ ਹਾਂ ਜਿਹਨੂੰ ਸਾਨੂੰ ਗੁਰੂ ਨੇ ਵਿਚਾਰ ਦਿੱਤੀ ਹੈ ਇਹ ਪੂਰਨ ਸਤਿਕਾਰ ਔਰ ਪੂਰਨ ਉਹਨਾਂ ਉਸ ਸਿਧਾਂਤ ਨਾਲ ਜੁੜਨਾ ਤਾਂ ਹੀ ਹੋਵੇਗਾ ਜਿੱਥੇ ਅਸੀਂ ਆਪ ਬਾਣੀ ਪੜ੍ਹਨੀ ਹੈ ਜਿੱਥੇ ਅਸੀਂ ਆਪ ਬਾਣੀ ਦਿਲੋਂ ਸੁਣਨੀ ਕਿਸੇ ਕਥਾ ਵੱਜ ਸੁਣਨੀ ਉੱਥੇ ਬਾਣੀ ਦੀ ਵਿਚਾਰ ਨਾਲ ਜੁੜ ਕੇ ਬਾਣੀ ਦੀ ਜੀਵਨ ਜਾਂਚ ਨਾਲ ਜੁੜ ਕੇ ਉਸ ਤਰ੍ਹਾਂ ਜੀਵਨ ਦੀ ਜਾਂਚ ਸਿੱਖੀਏ ਗੁਰਬਾਣੀ ਪੂਰੀ ਤਰ੍ਹਾਂ ਜੀਵਨ ਜਾਂਚ ਹੈ ਗੁਰਬਾਣੀ ਦਾ ਉਪਦੇਸ਼ ਜੀਵਨ ਜਾਂਚ ਹੈ ਔਰ ਸਾਨੂੰ ਜੇ ਅਸੀਂ ਗੁਰੂ ਨੂੰ ਪ੍ਰਸੰਨ ਕਰਨਾ ਚਾਹੁੰਦੇ ਹਾਂ ਜੇ ਸਾਡੇ ਮਨ 'ਚ ਹੈ ਇੱਛਾ ਕਿਉਂਕਿ ਪਤਾ ਨਹੀਂ ਜੇ ਅਸੀਂ ਉਸ ਤਲ ਤੱਕ ਪਹੁੰਚ ਸਕਦੇ ਹਾਂ ਕਿ ਅੱਜ ਅਸੀਂ ਗੁਰੂ ਨੂੰ ਪ੍ਰਸੰਨ ਕਰਨਾ ਹੈ ਤਾਂ ਸਾਨੂੰ ਉਹ ਜੀਵਨ ਜਾਂਚ ਅਡੋਪਟ ਕਰਨੀ ਪਏਗੀ ਗੁਰੂ ਪ੍ਰਸੰਨ ਹੋ ਜਾਣਗੇ ਬਿਲਕੁਲ ਆਪਣੇ ਕੋਲ ਆਖਰੀ ਦੋ ਤਿੰਨ ਮਿੰਟ ਰਹਿ ਗਏ ਨੇ ਆਖਰੀ ਵਿੱਚ ਆਪਾਂ ਦਰਸ਼ਕਾਂ ਨਾਲ ਇਹ ਗੱਲ ਜ਼ਰੂਰ ਸਾਂਝੀ ਕਰਨੀ ਹੈ ਕਿ ਤੁਸੀਂ ਬਹੁਤ ਵਿਦਵਾਨ ਜੇ ਬਹੁਤ ਟਾਈਮ ਤੋਂ ਗੁਰਦੁਆਰਿਆਂ ਦੀ ਮੈਨੇਜਮੈਂਟ ਵੀ ਕਰ ਰਹੇ ਜੇ ਕਥਾ ਕੀਰਤਨ ਵੀ ਕਰਦੇ ਹੋ ਬਹੁਤ ਨਾਮ ਹੈ ਤੁਹਾਡਾ ਸਿੱਖ ਕੌਮ ਦੇ ਵਿੱਚ ਅਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਅਸੀਂ ਜੋ ਅੱਜ ਦਾ ਸਿੱਖ ਹੈ ਜੋ ਕਿ ਬਹੁਤ ਰਾਹੋਂ ਪਰੇ ਜਾ ਰਿਹਾ ਔਰ ਜਿਹੜੇ ਕਰਮਕਾਂਡ ਨੇ ਜਿਹੜੀ ਆਪਣੀ ਮਨਮਤ ਗੁਰੂ ਦੀ ਮਤ ਨੂੰ ਛੱਡ ਕੇ ਆਪਣੀ ਮਨਮਤ ਜਿਹੜੀ ਆ ਉਹ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਠੀਕ ਹੈ ਇਹ ਜਿਹੜਾ ਆਪਾਂ ਗੁਰਬਾਣੀ ਤੋਂ ਵੱਧ ਤੋਂ ਵੱਧ ਜਿਹੜਾ ਫਾਇਦਾ ਉਹ ਕਿਸ ਤਰ੍ਹਾਂ ਅਤੇ ਕਿਵੇਂ ਲਈਏ ਸਰ ਤਰੀਕੇ ਜਿੱਥੋਂ ਤੱਕ ਮਸਲਾ ਆ ਜਾਂਦਾ ਨਾ ਕਿ ਆਮ ਜਨ ਸਧਾਰਨ ਜਿਹੜਾ ਸਿੱਖ ਹੈਗਾ ਉਹ ਰਹਿਤ ਮਰਿਆਦਾ ਤੋਂ ਸਿਧਾਂਤ ਤੋਂ ਭਟਕ ਰਿਹਾ ਜੀ ਦਰਅਸਲ ਇਸ ਤਰ੍ਹਾਂ
ਜਿਹੜਾ ਜਨ ਸਾਧਾਰਨ ਸਿੱਖ ਹੈ ਨਾ ਜੀ, ਉਹ ਆਰਗੇਨਾਈਜ਼ ਨਹੀਂ ਹੈਗਾ। ਸਮਝੇ ਨਾ, ਮੰਨ ਲਓ ਇੱਕ ਸਿੱਖ ਹੈ, ਇੱਕ ਬੈਂਕ ਦੇ ਵਿੱਚ ਨੌਕਰੀ ਕਰਦਾ ਹੈ, ਉਹ ਸਵੇਰੇ ਗੁਰਦੁਆਰਾ ਸਾਹਿਬ ਜਾਂਦਾ ਹੈ, ਮੱਥਾ ਟੇਕਦਾ ਹੈ, ਆਪਣੀ ਜੋਬ 'ਤੇ ਚਲਾ ਜਾਂਦਾ ਹੈ, ਵਾਪਸ ਆ ਜਾਂਦਾ ਹੈ, ਇਤਰੇਮ ਕਰਦਾ ਸਵੇਰੇ ਸ਼ਾਮ ਆਪਣੇ ਪਰਿਵਾਰ ਵਿੱਚ ਹੈ। ਜਿਹੜੇ ਡੇਰੇ ਨੇ, ਜਿਹੜੀਆਂ ਸੰਪਰਦਾਵਾਂ ਨੇ, ਉਹ ਆਰਗੇਨਾਈਜ਼ ਨੇ। ਬਿਲਕੁਲ, ਇੱਕ ਜਨ ਸਾਧਾਰਨ ਸਿੱਖ ਆਰਗੇਨਾਈਜ਼ ਨਹੀਂ ਹੈਗਾ। ਬਿਲਕੁਲ, ਉਹ ਯੂਨਿਟ ਦੇ ਵਿੱਚ ਨਹੀਂ ਵੱਜਿਆ ਹੋਇਆ, ਉਹ ਹਜ਼ਾਰ ਲੋਕਾਂ ਦਾ ਗਰੁੱਪ ਨਹੀਂ ਹੈਗਾ, ਉਹ ਇਕੱਲਾ। ਸੋ ਕੀ ਹੁੰਦਾ, ਸਾਨੂੰ ਹਮੇਸ਼ਾ ਇਸ ਤਰ੍ਹਾਂ ਲੱਗਦਾ ਕਿ ਕਾਫੀ ਕੁਛ ਗਲਤ ਹੋ ਗਿਆ ਜੀ। ਕਦੇ ਵੀ ਵੈਸੇ ਇਸ ਤਰ੍ਹਾਂ ਕਿ ਜੋ ਸਿੱਖ ਸਪਿਰਿਟ ਸਾਡੇ ਖੂਨ ਦੇ ਵਿੱਚ ਹੈ, ਉਹ ਕਦੇ ਖਤਮ ਹੋਣ ਵਾਲੀ ਹੈ ਨਹੀਂ। ਬਿਲਕੁਲ, ਇਸ ਸੰਬੰਧ ਵਿੱਚ ਮੈਂ ਆਸ਼ਾਵਾਦੀ ਗੱਲ ਹੀ ਕਰਦਾ ਸਦਾ ਕਿ ਕਦੇ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਅਸੀਂ ਟੁੱਟ ਜਾਵਾਂਗੇ ਇੱਕ ਦਿਨ ਗੁਰੂ ਤੋਂ, ਇਸ ਤਰੀਕੇ ਨਾਲ ਕਰਮ ਕਾਂਡ ਚੱਲਦੇ ਰਹਿਣਗੇ। ਪੋਸੀਬਲ ਨਹੀਂ ਹੈਗਾ, ਪੋਸੀਬਲ ਨਹੀਂ ਹੈਗਾ। ਵਕਤੀ ਤੌਰ ਤੇ ਕਦੇ ਕਦੇ ਇਸ ਤਰ੍ਹਾਂ ਦੇ ਧੁੰਦਲੇ ਪਲ ਆ ਜਾਂਦੇ ਨੇ, ਬਹੁਤ ਆਏ �ਨੇ, ਪਹਿਲਾਂ ਵੀ ਆਏ ਨੇ, ਬਹੁਤ ਕੁਛ ਹੋਇਆ। ਪਰ ਇਹ ਹੈ ਕਿ ਵਕਤੀ ਤੌਰ ਤੇ ਅਸੀਂ ਇਸ ਤਰ੍ਹਾਂ ਕਦੇ ਕਦੇ ਸਮੱਸਿਆਵਾਂ 'ਚ ਫਸ ਜਾਂਦੇ ਹਾਂ, ਪਰ ਗੁਰੂ ਦੀ ਜੋ ਸਾਡੇ ਖੂਨ ਦੇ ਵਿੱਚ ਦਿੱਤੀ ਗਈ ਸਪਿਰਿਟ ਹੈ ਨਾ, ਉਹ ਯੁੱਗਾਂ ਯੁੱਗਾਂ ਤੱਕ ਚੱਲਣੀ ਹੈ। ਬਸ ਇਹ ਹੈ ਕਿ ਥੋੜ੍ਹਾ ਅਸੀਂ ਨਾ ਸਿਵਿਲਾਈਜ਼ਡ ਹੋਣਾ ਸਿੱਖ ਲਈਏ, ਕਿ ਸਮੱਸਿਆ ਹੈ ਸਾਡੀ, ਅਸੀਂ ਥੋੜ੍ਹੇ ਜਿਹੇ ਅਸਭਿਅਕ ਤਰੀਕੇ ਨਾਲ ਹੀ ਕੰਮ ਕਰਦੇ ਹਾਂ। ਅਜੇ ਵੀ ਗੁਰਦੁਆਰਿਆਂ ਸਾਹਿਬ ਦੇ ਵਿੱਚ ਹੁੰਦੇ ਝਗੜੇ, ਮੈਨੇਜਮੈਂਟ ਦੇ ਵਿੱਚ ਹੁੰਦੇ ਝਗੜੇ, ਇਹ ਸਾਡੇ ਅਨਸਿਵਿਲਾਈਜ਼ਡ ਹੋਣ ਦਾ ਸਬੂਤ ਨੇ। ਅਸੀਂ ਅਜੇ ਠੰਡੇ ਦਿਮਾਗ ਨਾਲ ਬੈਠ ਕੇ ਫੈਸਲੇ ਲੈਣ ਦੀ ਜਾਂਚ ਨਹੀਂ ਸਿੱਖੀ, ਅਜੇ ਅਸੀਂ ਵਿਰੋਧੀਆਂ ਨੂੰ ਬਰਦਾਸ਼ਤ ਕਰਨ ਦੀ ਜਾਂਚ ਨਹੀਂ ਸਿੱਖੀ। ਸਮਝਦੇ ਨਾ ਜੀ? ਬਿਲਕੁਲ। ਸੋ ਜਿਸ ਦਿਨ ਅਸੀਂ ਸਿੱਖ ਲਵਾਂਗੇ ਨਾ, ਉਸ ਦਿਨ ਅਸੀਂ ਇਹ ਸਮੱਸਿਆ ਵੀ ਹੱਲ, ਇਹ ਸਮੱਸਿਆ ਜਿਹੜੀਆਂ ਨੇ ਨਾ, ਰਹਿਤ ਮਰਿਆਦਾ ਦਾ ਲਾਗੂ ਨਾ ਹੋਣਾ, ਅੰਧ ਵਿਸ਼ਵਾਸਾਂ ਦਾ ਲਾਗੂ ਹੋ ਜਾਣਾ, ਅੰਨੀ ਸ਼ਰਤ ਨਾਲ ਸੰਬੰਧਿਤ ਰਿਚੁਅਲ ਸਧਾਰ ਸਮਾਰਵਾਸ ਦਾ ਚੱਲਣਾ, ਇਹ ਸਮੱਸਿਆਵਾਂ ਅਪਵਾਦ ਨੇ ਮੇਨ ਸਮੱਸਿਆ ਦੀ, ਕਿ ਅੱਜ ਤੱਕ ਅਸੀਂ ਆਪਸ 'ਚ ਬੈਠ ਕੇ ਢੰਗ ਨਾਲ, ਠੰਡੇ ਦਿਮਾਗ ਨਾਲ, ਪਿਆਰ ਨਾਲ ਆਪਣੇ ਵੈਰ ਵਿਰੋਧਾਂ ਨੂੰ ਹੱਲ ਕਰਨ ਦਾ ਢੰਗ ਸਿੱਖਿਆ ਨਹੀਂ। ਜਿਸ ਦਿਨ ਅਸੀਂ ਬੈਠ ਜਾਵਾਂਗੇ ਨਾ ਆਪਸ 'ਚ, ਇਹ ਸਮੱਸਿਆ ਆਪਣੇ ਆਪ ਹੱਲ ਹੋ ਜਾਣਗੀਆਂ, ਇਹ ਅਪਵਾਦ ਨੇ। ਬਿਲਕੁਲ, ਹੁਣ ਆਪਾਂ ਕਈ ਵਾਰ ਦੇਖਦੇ ਹਾਂ, ਸਾਰੇ ਦਰਸ਼ਕ ਵੀ ਜਾਣਦੇ ਨੇ, ਕਿ ਕਈ ਆਪਾਂ ਜਿਹੜੀਆਂ ਗੁਰਬਾਣੀ ਦੀਆਂ ਸੈਂਚੀਆਂ ਪੋਥੀਆਂ ਖਰੀਦਦੇ ਹਾਂ, ਜਿਵੇਂ ਮੰਨ ਲਓ ਵੀ ਕਈ ਐਸੀਆਂ ਸੰਪਰਦਾਵਾਂ ਨੇ, ਆਪਾਂ ਵੀ ਜਾਣਦੇ ਹਾਂ, ਸਰੋਤੇ ਵੀ ਦਰਸ਼ਕ ਵੀ ਜਾਣਦੇ ਨੇ, ਕਿ ਜਿਵੇਂ ਸੁਖਮਨੀ ਸਾਹਿਬ ਆਪਾਂ ਲੈ ਲਈਏ, ਉਹ ਸੁਖਮਨੀ ਸਾਹਿਬ ਦੇ ਵਿੱਚ ਹਰ ਪੌੜੀ ਅਸ਼ਟਪਦੀ ਦੇ ਅੱਗੇ ਫਿਰ ਦੁਬਾਰਾ ਲਿਖਿਆ ਹੁੰਦਾ ਸਲੋਕ ਦੇ, ਸੁਖਮਨੀ ਸੁੱਖ ਅਮਰ ਪ੍ਰਭ ਨਾਮ ਪਰਚਿਆ ਨਾ ਕੇ ਮਨ ਵਿਸਰਾ। ਜਦੋਂ ਪੰਜਵੇਂ ਨਾਨਕ ਨੇ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਨੀ ਗੁਰਬਾਣੀ ਦਾ ਜਿਹੜਾ ਸੀ ਉਹ ਸੰਪਾਦਨਾ ਕੀਤੀ, ਰਚੀ ਬਾਣੀ ਰਚੀ ਹੈ, ਕੀ ਉਹਨਾਂ ਨੂੰ ਇਹ ਯਾਦ ਨਹੀਂ ਸੀ ਕਿ ਜਿਹੜੀ ਪੰਕਤੀ ਇਹਦਾ ਜ਼ਿਆਦਾ ਮਹੱਤਵ ਹੈ? ਇਹਨਾਂ ਨੂੰ ਮਤਲਬ ਇਹੋ ਜਿਹੇ ਜਿਹੜੇ ਡੇਰੇਵਾਦ ਵਾਲੇ ਨੇ, ਉਹ ਸਾਡੇ ਸਿੱਖ ਕੌਮ ਦੇ ਵਿੱਚ ਇਹ ਦਰਾਰ ਪਾਉਣ ਦੀ ਕੋਸ਼ਿਸ਼ ਕਿਉਂ ਕਰਦੇ ਨੇ? ਤੁਸੀਂ ਕੀ ਸਮਝਦੇ ਹੋ ਵੀ ਅਸੀਂ ਜਿਹੜੀ ਸਿੱਖ ਕੌਮ ਹੈ ਉਹਨਾਂ ਨੂੰ ਨਹੀਂ ਇਹਨਾਂ ਨਾਲ ਦੇਖਣਾ ਚਾਹੀਦਾ ਜਾਂ ਪੁੱਛਣਾ ਚਾਹੀਦਾ, ਜਾਂ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਬਣੀਆਂ ਨੇ, ਜਿਵੇਂ ਕਹਿ ਲਈਏ ਆਪਾਂ ਵੀ SGPC ਹੈਗੀ ਹੈ, ਇਹੋ ਜਿਹੀਆਂ ਵੱਡੀਆਂ ਸਿਰਮੋੜ ਜ਼ਿੰਮੇਵਾਰ ਜਥੇਬੰਦੀਆਂ ਹੈਗੀਆਂ ਨੇ, ਸੰਪਰਦਾਵਾਂ ਨੇ, ਉਹ ਜਾ ਕੇ ਇਸ ਚੀਜ਼ ਦਾ ਵੀ ਉਹਨਾਂ ਨੂੰ ਪੁੱਛਣ, ਔਰ ਸਾਡੀ ਜਿਹੜੀ ਆਮ ਸੰਗਤ ਹੈ ਉਹ ਵੀ ਇਸ ਚੀਜ਼ ਦਾ ਵਿਰੋਧ ਕਰਨ, ਕਿ ਇਹ ਸ਼ਬਦ ਲੈ ਜਾਓ ਇਹਦਾ ਜ਼ਿਆਦਾ ਫਲ ਹੁੰਦਾ, ਇਹ ਸ਼ਬਦ ਪੜ੍ਹ ਲਓ ਕਾਰੋਬਾਰ ਚੱਲ ਪਏਗਾ, ਇਹ ਸ਼ਬਦ ਪੜ੍ਹ ਤੁਹਾਡੀ ਯਾਤਰਾ ਸਫਲ ਹੋ ਜਾਏਗੀ, ਇਹ ਬਿਜ਼ਨਸ ਬਣ ਗਿਆ ਨਾ। ਜਦੋਂ ਇਹ ਚੀਜ਼ ਬਿਜ਼ਨਸ ਬਣ ਜਾਵੇਗੀ, ਫਿਰ ਬਿਜ਼ਨਸ ਬਣਨ ਤੋਂ ਬਾਅਦ 'ਚ ਕੀ ਹੋਏਗਾ ਕਿ ਹਰ ਬਿਜ਼ਨਸਮੈਨ ਆਪਣੇ ਪ੍ਰੋਡਕਟ ਨੂੰ ਦੂਜੇ ਨਾਲੋਂ ਬਿਹਤਰ ਦੱਸਣ ਲਈ ਖੂਬੀਆਂ ਗਿਣਾਉਣੀਆਂ ਸ਼ੁਰੂ ਕਰਦਾ। ਅੱਜ ਇਹ ਹੋ ਰਿਹਾ, ਠੀਕ ਹੈ, ਅੱਜ ਇੱਕ ਡੇਰਾ ਕਹਿੰਦਾ ਕਿ ਤੁਹਾਡੇ ਕੋਲ ਤਾਂ ਬਾਣੀ ਜਿਹੜੀ ਹੈ ਉਹ ਛੋਟੀ ਹੈ, ਅਸੀਂ ਕੁਛ ਹੋਰ ਐਡ ਕੀਤਾ ਉਹਦੇ ਵਿੱਚ, ਉਹਨੂੰ ਵੀ ਪੜ੍ਹੋ। ਬਿਲਕੁਲ, ਕਿਉਂਕਿ ਬਿਜ਼ਨਸ ਹੋ ਗਿਆ ਨਾ, ਆਪਣੇ ਪ੍ਰੋਡਕਟ ਨੂੰ ਫਲੈਸ਼ ਕਰਨ ਵਾਸਤੇ ਉਹ ਕੁਛ ਨਵਾਂ ਉਹਦੇ ਵਿੱਚ ਦੇਣਾ ਸ਼ੁਰੂ ਕਰ ਦੇਣਗੇ। ਸੋ ਵਕਤੀ ਤੌਰ 'ਤੇ ਹਾਲ ਦੀ ਘੜੀ ਇੱਕ ਰਾਜਨੀਤਿਕ ਜਿਹੜਾ ਸਾਡੇ ਉੱਤੇ ਨਾ ਗਲਬਾ ਬਹੁਤ ਜ਼ਿਆਦਾ ਪਿਆ ਹੋਇਆ, SGPC 'ਤੇ ਵੀ, ਜਿਹੜੀ ਮੇਨ ਸਾਡੀ ਸਰਮੋਰ ਸੰਸਥਾ ਹੈ, ਉਹਦੀ ਵਜ੍ਹਾ ਨਾਲ ਅਸੀਂ ਕੁਛ ਬਹੁਤ ਜ਼ਰੂਰੀ ਫੈਸਲੇ ਜਿਹੜੇ ਨੇ ਨਾ ਉਹ ਅਸੀਂ ਪੈਂਡਿੰਗ ਕਰੀ ਜਾ ਰਹੇ ਹਾਂ, ਨਹੀਂ ਕਰ ਸਕੇ, ਅਜੇ ਨਹੀਂ ਕਰ ਪਾ ਰਹੇ। ਆਸ ਹੈ ਕਿ ਭਵਿੱਖ ਦੇ ਵਿੱਚ ਇਹ ਸਾਡੇ ਮੇਨ ਸੰਗਠਨ ਹੋਰ ਮਜ਼ਬੂਤ ਹੋਣਗੇ, ਅਤੇ ਇਹ ਜਿਹੜੇ ਸਮੱਸਿਆ ਵਾ, ਕਿਉਂਕਿ ਇਹ ਜਿਹੜੀ ਗੱਲ ਹੈ ਨਾ ਪੰਕਤੀ ਲਿਖਣੀ, ਇਹਦਾ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ। ਨਿੱਜੀ ਤੌਰ 'ਤੇ ਮੈਂ ਕਹਿੰਦਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਕਈ ਵਾਰ ਨਾਲ ਨਾ ਪ੍ਰਕਾਸ਼ ਕੀਤੇ ਹੁੰਦੇ ਨੇ ਸੈਂਚੀਆਂ ਦੇ, ਜਪਜੀ ਸਾਹਿਬ ਦੇ, ਸੁਖਮਨੀ ਸਾਹਿਬ ਦੀਆਂ, ਪੂਰੇ ਦਾ ਪੂਰਾ ਸਰੂਪ ਬਣਾਇਆ ਹੋਇਆ ਸੰਪਰਦਾਵਾਂ ਦੀਆਂ ਜਾਂ ਹੋਰ ਵੀ ਕਈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਕਿਸੇ ਹੋਰ ਸਰੂਪ ਦਾ ਪ੍ਰਕਾਸ਼ ਕਰਨ ਤੋਂ ਭਾਵ ਇਹ ਹੁੰਦਾ ਹੈ ਲੋਜੀਕਲੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਆਪ ਦੇ ਵਿੱਚ ਅਸੀਂ ਉਹਨਾਂ ਨੂੰ ਸੰਪੂਰਨ ਨਹੀਂ ਮੰਨਦੇ, ਸਾਨੂੰ ਐਡੀਸ਼ਨਲ ਸਪੋਰਟ ਚਾਹੀਦੀ ਹੈ, ਨਾਲ ਸਪੋਰਟ ਨਾਲ ਚਾਹੀਦੀ। ਸਮਝਦੇ ਨਾ, ਅਸੀਂ ਇਸ ਤਲ ਤੇ ਆ ਗਏ ਹਾਂ ਹੁਣ ਕਿ ਦੇਖੋ ਜੇ ਇਕੱਲਾ ਪ੍ਰਕਾਸ਼ ਹੈ ਗੁਰੂ ਮਹਾਰਾਜ ਦਾ
दैट्स नॉट इनफ। बिल्कुल सानू एक एडिशनल सपोर्ट चाहिए है, पर यह बड़ी ही सिद्धांतिक सट है। सिद्धांतिक सट है। अच्छा पंक्तियां का मतलब भी यही है कि सुखमी साहब की जो बाणी गुरु ग्रंथ साहब महाराज दर्ज है दैट्स नॉट इनफ। एडिशनल सपोर्ट चाहिए है, यह साडी दिमागी दिवालीपन की निशानी है। और जो भी संगत सुन रही है इस चीज नूं उन्हां नूं इस गल दा ध्यान देना चाहिए है कि अपने आप विच गुरु महाराज ने जिहड़ी चीज नूं गुरबाणी की जिहड़ी भी पंक्ति नूं अपने हत्थों दे नाल लिखित कर दिता वह संपूर्ण हो गई है। उहदे विच असीं कुछ होर ऐड करके उहदी संपूर्णता नूं भंग करन दा दोष जो ने गल गल करके हटे हो जो ने यह गल कह दी के पूजा अकाल की परचा शब्द जो ये चीजा एक सिख दे विच होणगीआं फिर ददार खालसे दे होने प्रकाशित थोड़ा नंद लाल जी दी गजलां ने प्रकाशित थोड़ा होंदियां ने पर श्री हरिमंदर साहब कीर्तन किया जाता है प्रकाश पुरब मना रहे थां थां की चीज या की संकल्प लैण दी जरूरत है कि उह असीं सुखाल ढंग नाल गुरु ग्रंथ साहिब दी बाणी पढ़ के विचार सकीए की कहना चाहूंगे। संगत नूं बेनती है, संदेश नहीं दे सकता मैं एक छोटा इंसान हूँ, बहुत बेनती है कि साढ़े कोल साहिब श्री गुरु ग्रंथ साहिब महाराज के रूप में एक ब्रह्मंडी पद्धर का महान अध्यात्मिक खजाना है। ब्रह्मंडी पद्धर का यह खजाना है और साढ़े कोल पंथ वालों प्रबंध की गई सिख रत मर्यादा मौजूद है। असी इन चीज़ों जो छड़ देवे ढंग असी इन चीज़ों अपनी जिंदगी अडोप्ट नहीं करा तो असी सिख धर्म कदे भी अंतरराष्ट्रीय पद्धर तक लैके नहीं जा सकते, क्योंकि सिख धर्म जो असी अंतरराष्ट्रीय पद्धर तक लैके जाना सानू एक पछाण लैके जाना पेगा। असी उसे 10 पछाण लैके नहीं जा सकते, सानू एक पछाण करनी पेगी और एक पछाण साढ़े को मौजूद है साहिब श्री गुरु ग्रंथ साहिब महाराज के रूप में। असी इन्होंने नाल अपने आप कुछ होर ना जोड़िए क्योंकि असी इस दोष के भागी ना बनीए। सब कुछ मौजूद है, सिर्फ लोड़ है साड़ी अपनी सोच आप बदलनी है। जिस दिन असं बदल लवेंगे उस दिन असं गुरु को प्रसन्न कर लवेंगे। सोने के चाहे असी महल खड़े कर दईए गुरु दे नाल प्रसन्न नहीं होंदा, वह गुरु की लोड़ नहीं है, वह साड़ी लोड़ है। असी अपनियां लोड़ां गुरु ते लागू करने की कोशिश करते हैं। सो असी एक श्रोमणी मर्यादा नूं मनीए जो प्रवानित है और असी साहिब श्री गुरु ग्रंथ साहिब महाराज के स्वरूप का सत्कार उन्होंने सिक्ख्या जीवन में अडोप्ट करने की पूरी तन मन तो कोशिश करिए। गुरु महाराज बख्शिश कृपा करें। भोला देखे मां बुलाओ फतेह जी। वाहिगुरु जी का खालसा वाहिगुरु जी की फतेह।